स्वागत। मैं हरजिंदर सिंह रंधावा, तुम देख रहे हो पंजाब टेलीविजन। और मेरे नाल दो विद्वान हस्तियां ने, प्रोफेसर बलकार सिंह पंजाबी यूनिवर्सिटी पटियाला तो, और इन्हां दे नाल प्रोफेसर जगरूप सिंह सेखों गुरु नानक देव यूनिवर्सिटी अमृतसर तो। दोनों नूं जी आया आखदा बहुत मेहरबानी। जी। मैं लंबी गल नहीं करूंगा, सिर्फ संखेप च सीधी गल ते आऊंगा कि पंजाब दे विच चुनावी नैरेटिव सैट हो गया। नवजोत सिंह सिद्धू दे मुकाबले चरणजीत सिंह चन्नी ऐलाने जा चुके आ, भगवंत मान कुछ दिन पहला ऐलान ते गए आ। और जेकर तुसी अकाली दल दे नजरियों देखना होवे तां बलवंत सिंह, भाई बलवंत सिंह राजोआणा दी स्टेटमेंट उन्हां दा अकाली दल दे हक च खलोण दा मतलब पंथक एजेंडे ते अकाली दल आ। ते जे बीजेपी नूं अज दे दिन च जां उन्हां दे गठजोड़ नूं देखना होवे ते सिरसे वाले साध नूं, मैं माफी चाहुंना है, डेरा सिरसा दे प्रमुख नूं 21 दिन दी पैरोल मिल गई आ। नैरेटिव उत्थे भी सैट हुंदे जांदे आ। इन्हां चारां वड्डियां धिरां दे नजरियों जे गल करनी है तां इह दोन्ने ढुकवें लोक मेरे नाल मौजूद ने। मेरा बोलना ज्यादा बणदा नहीं। प्रोफेसर बलकार सिंह, जदों चारां ने अपने पैंतड़े स्पष्ट करते आ, हुण कुछ भी लुकमा नहीं बचिआ, ते उस वेले ਤੁਸੀਂ ਪੰਜਾਬ ਨੂੰ ਕਿਵੇਂ ਪ੍ਰਭਾਸ਼ਿਤ ਕਰੋਗੇ ਚੁਣਾਵੀ ਨਜ਼ਰੀਏ ਤੋਂ? ਤੁਹਾਡੀ ਸਮਝ ਕੀ ਕਹਿੰਦੀ ਹੈ ਕਿ ਹੁਣ ਇਹ ਕਿਸ ਦਿਸ਼ਾ ਦੇ ਵਿੱਚ ਅੱਗੇ ਵਧੂਗੀ ਚੋਣ ਦੀ ਰਣਨੀਤੀ ਤੇ ਰਾਜਨੀਤੀ? ਦੇਖੋ ਨਵਾ ਸਾਹਿਬ, ਇਸ ਵੇਲੇ ਨਾ ਦੋ ਪਰਸਪੈਕਟਿਵ ਨੇ ਜਿਹੜੇ ਤੁਹਾਡੇ ਸਾਹਮਣੇ ਨੇ, ਦੋ ਵੀ ਸਗੋਂ ਤਿੰਨ ਨੇ। ਇੱਕ ਤੇ ਰਾਜਨੀਤਿਕ ਲੋਕ ਨੇ ਜਿਹੜੇ ਉਹਨਾਂ ਦਾ ਹੈ, ਤੇ ਇੱਕ ਹੈਗਾ ਜਿਹੜਾ ਮੀਡੀਆ ਹੈ ਉਹਦਾ, ਹਰ ਕਿਸਮ ਦੇ ਮੀਡੀਆ ਦਾ, ਤੇ ਤੀਜਾ ਹੈ ਅਕੈਡਮਿਕ ਕੀ ਹੋਣਾ ਚਾਹੀਦਾ ਸੀ ਇਹ। ਤੁਸੀਂ ਅੱਜ ਦੋ ਪ੍ਰੋਫੈਸਰ ਇਕੱਠੇ ਕਰ ਲਏ ਨੇ, ਮੈਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ। ਤੇ ਇਸ ਕਰਕੇ ਮੈਂ ਗੱਲ ਸ਼ੁਰੂ ਇੱਥੋਂ ਕਰਨਾ ਚਾਹੁੰਦਾ ਕਿ ਜਿਹੜੇ ਸੌਦਾ ਸਾਧ ਕਹਿਣ ਤਾਂ ਤੁਸੀਂ ਭੱਜ ਗਏ, ਕੁਛ ਬਚਣ ਦੀ ਕੋਸ਼ਿਸ਼ ਕੀਤੀ, ਉਹ ਸੰਗਤੀ ਲਕਬ ਹੈ ਪੰਜਾਬ ਦਾ, ਇਹ ਤੋਂ ਬਚਿਆ ਨਹੀਂ ਜਾ ਸਕਦਾ। ਜੇ ਕੱਲ੍ਹ ਨੂੰ ਕੋਰਟ ਵੀ ਪੁੱਛੇ ਵੀ ਸੌਦਾ ਸਾਧ ਕਿਉਂ ਇੰਨਾ ਮੁਕੱਦਮਾ ਵੀ ਕਰ ਦੇਣ, ਤੇ ਮੈਂ ਕਹਾਂਗਾ ਵੀ ਇਹ ਸੰਗਤੀ ਬੋਲਾ ਹੈ ਜਿਹੜਾ ਮੇਰੇ ਤੱਕ ਪਹੁੰਚਿਆ ਹੋਇਆ, ਮੈਂ ਉਹਨੂੰ ਰਿਪੀਟ ਕਰ ਰਿਹਾ, ਮੈਂ ਉਹਨੂੰ ਦੁਹਰਾ ਨਹੀਂ ਰਿਹਾ। ਜਦੋਂ ਸਾਧ ਨੂੰ, ਸੌਦਾ ਸਾਧ ਨੂੰ ਜਦੋਂ ਵੀ ਕੋਈ ਸਹੂਲਤ ਮਿਲੂਗੀ ਜਾਂ ਜਦੋਂ ਵੀ ਉਹਦੀ ਕੋਈ ਜਿੱਤ ਹੋਊਗੀ ਜਾਂ ਜਦੋਂ ਵੀ ਉਹ ਖੁਸ਼ ਹੋਊਗਾ, ਉਦੋਂ ਪੰਜਾਬ ਦਾ ਅਵਚੇਤਨ ਜਿਹੜਾ, ਜਿਹੜਾ ਸਿੱਖ ਅਵਚੇਤਨ ਹੈ, ਉਹ ਨਾਲ ਦੀ ਨਾਲ ਵਿਲੁੰਦ ਰਹਿ ਜਾਏਗਾ। ਪੰਜਾਬ ਦੇ ਸਿੱਖ ਅਵਚੇਤਨ ਨਾਲ ਲੜਾਈ ਹੈ ਇਹ, ਤੇ ਅਵਚੇਤਨ ਨਾਲ ਲੜਾਈਆਂ ਜਿਹੜੀਆਂ ਹੁੰਦੀਆਂ ਨੇ ਉਹ ਤੁਸੀਂ ਕਈ ਵਾਰ ਸਰਫੇਸ ਤੇ ਨਜ਼ਰ ਵੀ ਨਹੀਂ ਆਉਂਦੀਆਂ। ਇਸ ਵੇਲੇ ਉਹ ਜਿਹੜਾ ਅਵਚੇਤਨ ਹੈ ਪੰਜਾਬ ਦਾ, ਉਹ ਅਸਲ ਵਿੱਚ ਫੈਸਲਾ ਕੋਲ ਉਹਨੇ ਹੋਣਾ ਹੈ, ਤੇ ਇਸ ਵੇਲੇ ਪ੍ਰੋਬਲਮ ਵੀ ਉੱਥੇ ਹੀ ਖੜੀ ਹੈ ਵੀ ਜਿਹੜਾ ਪੰਜਾਬ ਦਾ ਅਵਚੇਤਨ ਹੈ ਉਹ ਤੇ ਕਿਸੇ ਨਹੀਂ ਰਿਹਾ। ਪੰਜਾਬ ਦਾ ਅਵਚੇਤਨ ਜਿਹੜਾ ਹੈ ਉਹ ਤੇ ਹੁਣ ਜਦੋਂ ਕਈ ਲੋਕ ਕਹਿੰਦੇ ਨੇ ਪੰਜਾਬ ਦਾ ਅਵਚੇਤਨ ਜਿਹੜਾ ਹੈ ਉਹਦੇ ਵਿੱਚ ਇਹ ਹੈ ਕਿ ਉਹ ਧਰਤੀ ਜਿਹੜੀ ਕਿਸੇ ਵੇਲੇ ਗ੍ਰੀਨ ਰੈਵੋਲੂਸ਼ਨ ਦਾ ਕੇਂਦਰ ਬਣੀ ਸੀ, ਉਹ ਕੈਂਸਰ ਦੇ ਕੇਂਦਰ ਕਿਵੇਂ ਬਣ ਗਈ, ਇਹ ਪੰਜਾਬ ਦੇ ਅਵਚੇਤਨ ਚ ਹੈ। ਪੰਜਾਬ ਉਹਦੇ ਬਾਰੇ ਬਹੁਤਾ ਉਹਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਾਂ, ਪਰ ਉਹਨੂੰ ਪਤਾ ਹੈ ਕਿ ਅਸੀਂ ਕਿੱਥੋਂ ਕਿੱਥੇ ਆ ਗਏ ਹਾਂ, ਅਸੀਂ ਕੱਲ ਕੀ ਸਾਂ, ਅੱਜ ਕੀ ਹੋ ਗਿਆ ਤੇ ਕੱਲ ਨੂੰ ਕੀ ਹੋਣ ਹੋ ਸਕਦੇ ਹਾਂ, ਇਹ ਸਾਡੇ ਗਲ ਕਿਵੇਂ ਪੈ ਗਿਆ। ਇਹੋ ਜਿਹੇ ਸਵਾਲਾਂ ਵਿੱਚ ਘਿਰੇ ਹੋਈ ਜਿਹੜੀ ਪੰਜਾਬ ਦੀ ਸਿਆਸਤ ਹੈ ਇਸ ਵੇਲੇ ਦੀ, ਉਹ ਇਸ ਵੇਲੇ ਸਾਰਿਆਂ ਕੋਲੋਂ ਪੁੱਛ ਰਹੀ ਹੈ ਕਿ ਕੌਣ ਜਿੱਤੂਗਾ ਤੇ ਕੌਣ ਹਾਰੂਗਾ। ਮੈਂ ਕਹਿੰਦਾ ਜਿੱਤਣ ਤੇ ਹਾਰਨ ਦਾ ਕੋਈ ਮਸਲਾ ਹੀ ਨਹੀਂ ਹੈ, ਇਹ ਮਾਮਲਾ ਜਿਹੜਾ ਨਾ ਇਹ ਲੀਡਰਾਂ ਦੀ ਲੜਾਈ ਨਹੀਂ ਹੈ, ਇਹ ਲੀਡਰਾਂ ਦੇ ਪ੍ਰਤੀਨਿਧਾਂ ਦੀ ਲੜਾਈ ਨਹੀਂ ਹੈ। ਰਾਹੁਲ ਦੇ ਪ੍ਰਤੀਨਿਧਾਂ ਦੀ ਲੜਾਈ ਜਿਹੜੀ ਹੈ ਉਹ ਤੇ ਸੈਟਲ ਹੋ ਗਈ, ਚੰਨੀ ਚਿਹਰਾ ਐਲਾਨਿਆ ਗਿਆ, ਪਰ ਉਹਦੇ ਨਾਲ ਲੜਾਈ ਥੋੜ੍ਹਾ ਖਤਮ ਹੋ ਗਈ, ਲੜਾਈ ਤੇ ਪਬਲਿਕ ਚ ਗਈ ਹੈ ਨਾ। ਹੁਣ ਜਦੋਂ ਪਬਲਿਕ ਚ ਲੜਾਈ ਗਈ ਹੈ ਤੇ ਸੇਖੋ ਸਾਹਿਬ ਨੇ ਉੱਧਰ ਫਿਕਰਾ ਗਿਆ ਸੀ ਕੱਲ ਨੂੰ, ਜਿਹੜੇ ਮੇਰੇ ਬਾਹਰ ਘਰ ਦੇ ਬੈਠੇ ਜਿਹੜੇ ਸੱਥ ਤੇ ਬੈਠੇ ਹੋਏ ਤਾਸ਼ ਖੇਡ ਰਹੇ ਨੇ ਨਾ, ਉਹਨਾਂ ਨੂੰ ਰਾਜਨੀਤੀ ਦਾ ਉਹ ਘੁੰਡੀਆਂ ਪਤਾ ਨੇ ਜਿਹੜੀਆਂ ਮੈਨੂੰ ਪ੍ਰੋਫੈਸਰ ਦੇ ਤੌਰ ਤੇ ਨਹੀਂ ਪਤਾ। ਮੈਂ ਨਹੀਂ ਕਹਿੰਦਾ ਕਿ ਮੈਂ ਉਹਨਾਂ ਗੱਲਾਂ ਦਾ ਜਾਣੂ ਨਹੀਂ ਹਾਂ ਜਾਂ ਨਹੀਂ ਹਾਂ, ਪਰ ਮੈਂ ਉਸ ਅਵਚੇਤਨ ਦਾ ਹਿੱਸਾ। ਜੇ ਮੈਂ ਆਪਣੇ ਆਪ ਨੂੰ ਦੇਖਾਂਗਾ ਤੇ ਉਸ ਅਵਚੇਤਨ ਤੱਕ ਪਹੁੰਚਣ ਦਾ ਕੋਈ ਰਾਹ ਲੱਭ ਲਵਾਂਗਾ। ਮੈਂ ਇਹ ਗੱਲ ਤੇ ਵੈਸੇ ਪੱਕਾ ਹੈ, ਮੈਂ ਬਸ ਜਗਰੂਪ ਸੋਨਾ ਨੂੰ ਵੀ ਕਹਿਣਾ ਚਾਹੁੰਦਾ, ਦੱਸਣਾ ਚਾਹੁੰਦਾ, ਇਹ ਗੱਲ ਕਹਿਣਾ ਚਾਹੁੰਦਾ, ਤੁਹਾਡੇ ਆਡੀਅੰਸ ਨਾਲ ਵੀ ਸਾਂਝੀ ਕਰਨਾ ਚਾਹੁੰਦਾ ਕਿ ਪੰਜਾਬ ਜਿਹੜਾ ਹੈ ਟ੍ਰੈਂਡ ਸੈਟਰ ਸੀ
ट्रेंड सेटर रहा है, ट्रेंड सेटर है उन्हें इस वेले भी, और ट्रेंड सेटर होके निकलेगा इस इलेक्शन चो, क्योंकि जेड़ी जेड़ा अवचेतन पंजाबी अवचेतन घड़िया जाता रहा है जां पुख्ता होता रहा है किसानी मूवमेंट विच, वो इस वेले इत्थे ऑपरेटिव है। वो जे वो ऑपरेटिव है तो फिर असी वैसे तो देखो इसे एक बयान कहना ना अपहरण की राजनीति जी है ना वो तो कोई नहीं बच सकता क्योंकि मंडी नाल तलक है। अगो विद्वान कह देंगे कि तलक है, कोई ओनू राष्ट्रवाद तक लिया कि लियाऊ और मैं नहीं जानता। मैं कहना इस वे अपहरण का जरा राजनीति जी है वह लागू हुई हुई है। असी कल किसी वेले अकालिया कहते होंगे भी उन्होंने साडा अकाल तख्त अपहरण कर लिया हूँ। यह है भी हूँ तो असि हर बंदा जो अपहरण कर हम इस वे सब तो वध पंजाब इस वे अपहरण किया हो आप पार्टी ने। मैनू यह समझ ही नहीं आता कि अगे जो हिंदुस्तान से सजा भुगत रहा है गुजरात मॉडल की, पंजाब जरा दिल्ली के मॉडल की सजा क्यों भुगते सवाल ही नहीं क्यों करता। साडा मॉडल यह है कि असी ग्रीन रेवोल्यूशन तो कैंसर तक पहुंच गए हैं, तेरे चो निकलना किवें है ये रेंद्या हो असी मतलब पंजाब मतलब रहन योग नहीं समझ रहे। ये साड़ी मानसा गुरु की धरती जिथे मेरा सतगुर बैठा आए सीगा जिथे पौध पां धरते पैर धरते पवित्र धरती थप जाती उन्हें रहन नूं तैयार नहीं हाँ। तो जिहड़ा बाहर बैठा साडा हैगा प्रवासी सिख वो ये कह रहा कि रहन योग नहीं रही। मैं प्रोफेसर साहब तुहाडे इस दर्द नूं समझ सकदा है कि यह हर पंजाबी दी जुबान है, लेकिन सवाल तो यह है ना कि यह प्रवचन यह साडियां स्टेटमेंट्स यह हुण कुछ सवारदियां नहीं, हुण यह बहुत मैनूं लगदा ओल्ड फैशन आ कि असीं यह कही जाइए कि यह भी नहीं होया यह भी नहीं होया यह भी नहीं होया। हुण जदों फैसला कुन दौर च असीं हुण इस वेले जदों असीं कुछ करन लई खड़े आ साढ़े कोल धरातल ते प्रोफेसर सिखों साहब चार पार्टियां जां धिरां खड़ियां। पंजवीं नूं मैं संयुक्त समाज मोर्चे नूं बहुत ज्यादा इस करके विच नहीं लिया के आ रहा कि वह सिर्फ तो सिर्फ बदला ही खड़े आ ते वह अंदोलन दे नजरिए तो खड़े ने, उन्हां नूं तुसीं कोई तशबीह नहीं दे सकते कि उन्होंने यह नैरेटिव सैट करता। वह नैरेटिव सैट करके ही आए ने, बाकी चार धिरां ने अपने अपने पत्ते दिखाए ने। इस पत्तियां दे उल्ले चों लोकां नूं इह किवें भ्रमित कर लैणगे जां किहड़ी धिर जिहड़ा मैंडेट आ उह कढ के लैऊगी। प्रोफेसर साहब तुहाडी समझ बड़ी तिखी है, मैनूं दस्सिओ जरा। इह तां गल ठीक आ, पैसा बणाने बड़ी गल जिहड़ी उस स्टेट दी गल कीती, स्टेट ऑफ जिहड़ी उहनां दी चेतनता दे विचों जिहड़ी गल हैगी उहदी गल कीती आ। मैं कहिंदा वी आपां सारा साडा फोकस हैगा कि पार्टियां ने एजेंडा सैट करता, असी लोगों का एजेंडा मेरे ख्याल फिर माइनस होना शुरू हो गया। यदा अनफॉर्चुनेट पार्ट सारे ये प्रोसेस का यह हैगा कि सारे डीकते रहे कि राहुल गांधी जी जे आए तो उत्थे वो जरा बना देंगे चरणजीत सिंह चन्नी बन जूगा दूसरा बन जूगा, जैसे तरीके ना जो होर आप धिर तुरिया फिर वा। तुम देखो एक किदा एक ना आप मंडी की गल करते हैं जिते कम्यूनिटी की गल करते हैं, ये तो राजनीति जी है इस वे बहुत मंडी की तरह हो गई है और राजनीति का वर्तारा जिहड़ा हैगा ना कि मंडी एक पुरानी कहावत होंदी सी कि मस्सी मंडी सर मस्सी मंडी तां कहिंदे वी उत्थे रौला बहुत पैंदा सीगा जदों वेखदी सवेरे सवेरे खरीदो फोकत होंदी सीगी, राजनीति उस पासे तुरी आउंदी है। तुहाडी गल ठीक आ कि लोक की करन, हुण साडा वड्डा सवाल हैगा कि इह सारा जो ताणा बाणा हैगा जो सारा खलारा हैगा वा जो सारे आपो अपनी मतलब दुकान लाउण वाली गल हैगी है ना कि आह बंदा आ गया ते इह चीफ मिनिस्टर बन जूगा, पार्टियां दा मुद्दा सिर्फ ते सिर्फ चोणा जित के चोणा जितने तो पहलों ही अपना एजेंडा बना लेंगे यार। तुम मुख्यमंत्री डिकलेयर कर दो मुख्यमंत्री तां बनू जे 60 सीटा आउणगियां तां, अच्छा 60 सीटा किदां आउणियां उहदे बारे कोई चिंता नहीं आ, उहदे लई फिर शॉर्टकट वा भी आह चेहरा आ जूगा तो 60 सीटा आ जाणगियां, आह चेहरे नूं पछाण हटा देंगे तो जिहड़ा हैगा थोड़ा होर बचाव हो जूगा। तो मेरा कहण तो भाव हैगा कि जिहड़ी आपां एजेंडे की गल करते हैं राजनीतिक पार्टियां का एजेंडा शुरू रहा, उन्हां दा इक एजेंडा सब तो वड्डा हुंदा क्योंकि राजनीतिक पार्टियां ताकत नूं हथियाउण वास्ते बणियां हुंदियां और ताकत में हथियाउण का साडा तरीका जो डेमोक्रेटिक हैगा वा, ये कोई ना तो यह चैरिटेबल ऑर्गेनाइजेशन हैगी ना इन्हों का लोगों का कंसर्न हैगा।
ਹੁਣ ਅਸੀਂ ਉਸ ਕਰੂਡ ਫੇਸ ਜਿਹੜੀ ਹੈਗੀ ਆ ਰੀਅਲ ਪੋਲਿਟਿਕ, ਜੋ ਮਰਜ਼ੀ ਹੋ ਜਾਵੇ, ਜੋ ਮਰਜ਼ੀ ਕਿਸੇ ਦਾ ਨੁਕਸਾਨ ਹੋ ਜਾਵੇ, ਜੋ ਮਰਜ਼ੀ ਨੈਤਿਕ ਕਦਰਾਂ ਕੀਮਤਾਂ ਜਿਹੜੇ ਨੇ ਗੱਲ ਕੀਤੀ ਕਿ ਇਸ ਸਮੇਂ ਜਿਹੜੀਆਂ ਹੁੰਦੀਆਂ ਸੀ, ਖਾਸ ਕਰਕੇ ਆਜ਼ਾਦੀ ਤੋਂ 20 ਸਾਲ ਬਾਅਦ ਤੱਕ ਦੇਖੀਏ, ਸਾਨੂੰ ਕਿਤੇ ਨਾ ਕਿਤੇ ਦਿਖਾਈ ਦਿੰਦੀਆਂ ਸੀਗੀਆਂ ਕਿ ਉਸ ਸਮੇਂ ਦੇ ਵਿੱਚ ਕੋਈ ਨਾ ਕੋਈ ਗੱਲ ਇੱਦਾਂ ਦੀ ਹੁੰਦੀ ਸੀਗੀ ਕਿ ਕੋਈ ਨਾ ਕੋਈ ਕਹਿਣਾ ਵੀ ਨਹੀਂ ਉਹ ਮੈਨੂੰ ਕੀ ਕਹੂਗਾ ਜਾਂ ਮੈਂ ਇਹ ਤਰੀਕਾ ਨਹੀਂ ਅਡੋਪਟ ਕਰਨਾ। ਸ਼ਾਇਦ ਉਹ ਸਾਰੇ ਦਾ ਭੋਗ ਪੈ ਗਿਆ ਤੇ ਲੱਗਦਾ ਜੇ ਹੋਰ ਭੋਗ ਪੈ ਜੇ ਤੇ ਜੇ ਸਾਰਾ ਇੱਕ ਵਾਰੀ ਜਾ ਕੇ ਜਿੱਥੋਂ ਤੱਕ ਪਹੁੰਚ ਜਾਏ ਜਿੱਥੇ ਜਾਣਾ ਹੈਗਾ, ਫਿਰ ਉੱਥੋਂ ਕੋਈ ਚੀਜ਼ ਨਵੀਂ ਬਣਨ ਦੀ ਕੋਸ਼ਿਸ਼ ਕਰੂਗੀ। ਜਿਹੜੀ ਇਹਨਾਂ ਨੇ ਰੈਫਰ ਵੀ ਕੀਤਾ ਕਿ ਸਾਨੂੰ ਲੱਗਾ ਸੀ ਵੀ ਕਿਸਾਨ ਮੂਵਮੈਂਟ ਦਾ ਇਹ ਬੜਾ ਸਕਸੈਸਫੁਲ ਜਿਹੜਾ ਮੂਵਮੈਂਟ ਸੀਗੀ, ਇਹਦੇ ਵਿੱਚੋਂ ਸਾਨੂੰ ਕੋਈ ਕੋਈ ਨਾ ਕੋਈ ਥੋੜ੍ਹੀ ਆਸ ਦੀ ਕਿਰਨ ਦਿਖਾਈ ਦਿੱਤੀ ਸੀਗੀ। ਹੁਣ ਤੁਸੀਂ ਦੇਖੋ ਕਿ ਕਾਂਗਰਸੀ ਇਸ ਤਰੀਕੇ ਨਾਲ ਤੁਰੇ ਫਿਰਦੇ ਆ, ਅਕਾਲੀ ਜਿਹੜੇ ਆ ਉਹ ਆਪਣਾ ਕੋਈ ਨਾ ਕੋਈ ਕੈਲਕੂਲੇਸ਼ਨ ਉਹਦੀਆਂ ਹੈਗੀਆਂ ਵਾ। ਆਮ ਆਦਮੀ ਪਾਰਟੀ ਦੀ ਮੈਂ ਇਹਨਾਂ ਦੀ ਗੱਲ ਨਾਲ ਕਾਫੀ ਹੱਦ ਤੱਕ ਸਹਿਮਤ ਹੈਗਾ। ਸਾਨੂੰ ਕਿਸੇ ਕੋਈ ਮਾਡਲ ਨਹੀਂ ਚਾਹੀਦਾ, ਸਾਨੂੰ ਪੰਜਾਬ ਦਾ ਮਾਡਲ ਚਾਹੀਦਾ, ਸਾਨੂੰ ਬਾਬੇ ਨਾਨਕ ਦਾ ਮਾਡਲ ਚਾਹੀਦਾ, ਸਾਨੂੰ ਜਿਹੜਾ ਹੈਗਾ ਬਾਬਾ ਫਰੀਦ ਦਾ ਮਾਡਲ ਚਾਹੀਦਾ, ਸਾਨੂੰ ਗੁਰੂ ਗੋਬਿੰਦ ਸਿੰਘ ਦਾ ਮਾਡਲ ਚਾਹੀਦਾ, ਸਾਨੂੰ ਭਗਤ ਸਿੰਘ ਦਾ ਮਾਡਲ ਚਾਹੀਦਾ, ਸਾਨੂੰ ਜਿਹੜੇ ਆਜ਼ਾਦੀ ਗਦਰੀ ਬਾਬਿਆਂ, ਸਾਨੂੰ ਉਹਨਾਂ ਦਾ ਮਾਡਲ ਚਾਹੀਦਾ। ਸਾਨੂੰ ਕਿਸੇ ਮਾਡਲ ਦੀ ਲੈਣ ਦੀ ਲੋੜ ਨਹੀਂ ਹੈ। ਔਰ ਸਾਨੂੰ ਇਹ ਗੱਲ ਠੀਕ ਆ ਕਿ ਜਿਹੜਾ ਕਿਸ ਤਰੀਕੇ ਨਾਲ ਪੰਜਾਬ ਨੂੰ ਜਿਹੜਾ ਹੈਗਾ ਉਹ ਪੰਜਾਬ ਨੇ ਕੰਟਰੀਬਿਊਟ ਕੀਤਾ। ਮੈਂ ਨਹੀਂ ਕਹਿੰਦਾ ਕਿ ਹਾਂ ਅਸੀਂ ਟ੍ਰੈਪ ਹੋਏ ਹਾਂ ਗ੍ਰੀਨ ਰੈਵੋਲਿਊਸ਼ਨ 'ਚ, ਅਸੀਂ ਟ੍ਰੈਪ ਹੋਏ ਹਾਂ। ਔਰ ਗ੍ਰੀਨ ਰੈਵੋਲਿਊਸ਼ਨ ਨੇ ਜਿੱਡਾ ਸਾਡਾ ਨੁਕਸਾਨ ਕੀਤਾ ਵਾ ਇਸ ਧਰਤੀ ਦਾ, ਸਾਡਾ ਮਤਲਬ ਪੰਜਾਬ ਦੇ ਲੋਕਾਂ ਦਾ, ਉਹਦੀ ਕੋਈ ਕੀਮਤ ਹੀ ਨਹੀਂ ਆ। ਦੂਸਰੇ ਪਾਸੇ ਤੁਸੀਂ ਪੇਟ ਭਰ ਦਿੱਤਾ ਦੇਸ਼ ਨੂੰ। ਮੈਂ ਅੱਗੇ ਵੀ ਕਹਿੰਦਾ ਕਿ ਦੇਸ਼ ਨੂੰ ਰਾਜਨੀਤਿਕ ਸਥਿਰਤਾ ਉਦੋਂ ਮਿਲੀ ਆ ਜਦੋਂ ਗ੍ਰੀਨ ਰੈਵੋਲਿਊਸ਼ਨ ਆਇਆ। 60 ਦਾ ਦਹਾੜਾ ਜਿਹੜਾ ਹੈਗਾ ਸੀਗਾ, ਦਹਾਕਾ ਸਾਡੇ ਲਈ ਬਹੁਤ ਮਾੜਾ ਸੀਗਾ। ਉਦੋਂ ਸਾਨੂੰ ਲੱਗਦਾ ਸੀ, ਸਭ ਨੇ ਕਹਿਤਾ ਸੀ ਵੀ ਇੱਥੇ ਡੈਮੋਕ੍ਰੇਸੀ ਵਾਲਾ ਚੱਲਣ ਵਾਲਾ ਬਹੁਤ ਲੰਮਾ ਸਮਾਂ ਕੰਮ ਨਹੀਂ ਆ। ਪਰ ਜਦੋਂ ਗ੍ਰੀਨ ਰੈਵੋਲਿਊਸ਼ਨ ਆ ਗਿਆ, ਉਹ ਤੋਂ ਬਾਅਦ ਤੁਸੀਂ ਦੇਖੋ ਪਾਕਿਸਤਾਨ ਨਾਲ ਲੜਾਈ ਵੀ ਹੋਈ, ਸਾਰਾ ਕੁਝ ਮੁੜ ਕੇ ਇਸ ਪਾਸੇ ਵੱਲ ਚੱਲ ਗਿਆ। ਤੋ ਇਹ ਪੰਜਾਬ ਨੇ ਕੀਮਤ ਅਦਾ ਕੀਤੀ ਆ। ਹੁਣ ਇਸ ਵੇਲੇ ਪਲੇਅਰ ਹੈਗੇ, ਹੁਣ ਪਲੇਅਰ ਇਹਨੇ ਜਿਹੜੇ ਜਿਹੜੇ ਹੁਣ ਇਸ ਵੇਲੇ ਪਲੇਅਰ ਹੈਗੇ ਆ, ਉਹਨਾਂ ਦਾ ਏਜੰਡਾ ਸਿਰਫ ਇਹੀ ਆ, ਕੋਈ ਰੋਡ ਮੈਪ ਨਹੀਂ ਆ। ਜੇ ਰੋਡ ਮੈਪ ਉਹਨਾਂ ਨੇ ਦੇਣਾ, ਉਹਨਾਂ ਨੂੰ ਪੁੱਛੋ ਸਾਡੇ ਰਿਸੋਰਸਿਸ ਕਿੱਥੇ ਆ, ਸਾਡੇ ਰਿਸੋਰਸਿਸ ਆਉਣੇ ਕਿੱਥੋਂ ਹੈਗੇ ਆ। ਤੁਸੀਂ ਉਹ ਜਿੱਦਾਂ ਉਹ ਵੰਡਣ ਡਏ ਹੈਗੇ ਆ, 1,000 ਰੁਪਇਆ, 500 ਰੁਪਇਆ, ਉਹੀ ਮੰਡੀ ਲਾ ਦਿੱਤੀ ਇਹਨਾਂ ਨੇ ਕਿ ਅਸੀਂ ਆਹ ਕਰਾਂਗੇ, ਫਰੀਬੀਜ਼ ਵਾਲੇ ਪਾਸੇ ਵੱਲ ਤੁਰ ਪਏ ਸਾਰੇ ਕਰਦੇ ਆ। ਲੱਗਦਾ ਕਿ ਪਿਛਲੇ ਖਾਸ ਕਰਕੇ 20 ਸਾਲਾਂ ਤੋਂ, 15 ਸਾਲਾਂ ਤੋਂ ਇਹ ਜਿਹੜਾ ਇਹਨਾਂ ਨੇ ਫਰੀਬੀਜ਼ ਵਾਲਾ ਮਸਲਾ ਸ਼ੁਰੂ ਕੀਤਾ, ਉੱਥੋਂ ਲੋਕਾਂ ਨੂੰ ਨਹੱਥੇ ਕਰ ਦਿੱਤਾ। ਔਰ ਉਹ ਫਰੀਬੀ ਦੇ ਵਿੱਚ ਹੀ ਜਾਣ ਕੇ ਲੋਕ ਜਿਹੜਾ ਨੇ ਆਸ ਛੱਡ ਦਿੱਤੀ, ਲੋਕਾਂ ਨੇ ਜਿਹੜਾ ਜੀਣ ਦਾ ਇੱਕ ਰਾਹ ਹੁੰਦਾ ਸੀਗਾ, ਸਾਡਾ ਕੁਛ ਨਹੀਂ ਬਣਨਾ, ਅਸੀਂ ਸਾਡਾ ਇਹੀ ਹਾਰ ਰਹਿਣਾ, ਅਸੀਂ ਇਹਨਾਂ 'ਤੇ ਡਿਪੈਂਡੈਂਟ ਰਹਿਣਾ ਵਾ। ਉਸ ਫਰੀਬੀ ਦੀ ਵਜ੍ਹਾ ਕਰਕੇ ਇਹਨਾਂ ਲੋਕਾਂ ਦੀ ਸੋਚ ਜਿਹੜੀ ਸੀ, ਜਿਹੜੀ ਚੇਤਨਤਾ ਸੀ ਮਨ ਦੇ ਵਿੱਚੋਂ, ਉਹ ਖਤਮ ਕੀਤੀ ਆ। ਔਰ ਇਹ ਕੰਪੀਟੀਟਿਵ ਪੋਲਿਟਿਕਸ ਦਾ ਹਿੱਸਾ ਵਾ। 1992 ਤੋਂ ਲੈ ਕੇ ਖਾਸ ਕਰਕੇ ਆ 2022 ਤੱਕ ਇਸ ਕਿਸਮ ਦੀ ਕੰਪੀਟੀਟਿਵ ਪੋਲਿਟਿਕਸ ਰਹੀ ਆ। ਜਿਹੜੇ ਨਵੇਂ ਪਲੇਅਰ ਵਿੱਚ ਆਉਂਦੇ ਆ, ਉਹ ਇੱਥੋਂ ਵੱਧ ਚੜ੍ਹ ਕੇ ਅਗਲੇ ਪਾਸੇ ਵੱਲ ਜਾਂਦੇ। ਇਹ ਠੀਕ ਆ, ਸਾਨੂੰ ਪੰਜਾਬ ਦਾ ਧਰਾਤਲ ਵੇਖਣਾ ਚਾਹੀਦਾ ਵਾ। ਸਾਡੀ ਐਜੂਕੇਸ਼ਨ ਦੇ ਅਸੀਂ ਬਹੁਤ ਪਿੱਛੇ ਚਲੇ ਗਿਆ। ਪੰਜਾਬ ਜਿਹੜਾ 80ਆਂ ਦੇ ਵਿੱਚ ਮੋਹਰੀ ਸਟੇਟ ਹੁੰਦਾ ਸੀਗਾ, ਇਸ ਵੇਲੇ ਹਰ ਪਾਸੇ ਵੱਲੋਂ ਪੜ੍ਹਾਈ ਲਿਖਾਈ ਹੈ, ਚਾਹੇ 20-21 ਨੰਬਰ ਦੇ ਉੱਤੇ ਜੇ ਅਸੀਂ UT ਨੂੰ ਜੋੜ ਲਈਏ, ਸਾਡੀ ਲਿਟਰੇਸੀ ਜਿਹੜੀ ਆ 1-2% ਨੈਸ਼ਨਲ ਲਿਟਰੇਸੀ ਤੋਂ ਥੋੜ੍ਹਾ ਉੱਤੇ ਆ। ਸਾਡੀ ਜਿਹੜੀ ਜਿਹੜੀ ਐਜੂਕੇਸ਼ਨ ਹੈਗੀ ਆ, ਉਹ ਤਾਂ ਹੁਣ ਰੋਟੀ ਪਾਣੀ ਵੀ ਸਾਨੂੰ ਨਹੀਂ ਦੇਣ ਦੀ। ਸਾਨੂੰ ਆਪਣੀ ਐਜੂਕੇਸ਼ਨ ਤੇ ਵੀ ਬਹੁਤਾ ਯਕੀਨ ਨਹੀਂ ਰਿਹਾ, ਇਸ ਕਰਕੇ ਅਸੀਂ ਕਹਿੰਦੇ ਵੀ ਸਾਡੇ ਨਿਆਣੇ ਬਾਹਰ ਜਾਂਦੇ ਆ। ਪ੍ਰੋਫੈਸਰ ਸਾਹਿਬ, ਮੈਂ ਮਾਫੀ ਮੰਗ ਕੇ ਤੁਹਾਡੇ ਕੋਲੋਂ ਇਹ ਸਵਾਲ ਦੋਨਾਂ ਲਈ ਲਿਆਉਣਾ ਚਾਹੁੰਦਾ, ਭਾਵੇਂ ਤੁਸੀਂ ਐਡਰੈਸ ਕਰ ਲਓ, ਭਾਵੇਂ ਪ੍ਰੋਫੈਸਰ ਬਲਕਾਰ ਸਿੰਘ ਕਰ ਲੈਣਾ, ਕਿ ਤੁਸੀਂ ਜੋ ਕਹਿ ਰਹੇ ਹੋ ਉਹ ਬਿਲਕੁਲ ਠੀਕ ਕਹਿ ਰਹੇ ਹੋ, ਲੇਕਿਨ ਹੁਣ ਤਾਂ ਜਦੋਂ ਮੰਚ ਸੱਜ ਗਿਆ ਤੇ ਮੰਚ ਦੇ ਉੱਤੇ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਆਪਣੇ ਆਪ ਨੂੰ ਸਪਸ਼ਟ ਕਰਤਾ ਹੈ ਕਿ ਕਾਂਗਰਸ ਦਲਿਤ ਫੇਸ ਦੇ ਸਿਰ ਤੇ ਅੱਗੇ ਵਧਣਾ ਚਾਹੁੰਦੀ ਹੈ ਕਿ ਇਹ ਸਾਨੂੰ ਐਨ ਬਲੋਕ ਵੋਟ ਮਿਲ ਜੇ। ਔਰ ਅਕਾਲੀ ਦਲ ਪੰਥਕ ਵੋਟ ਤੇ ਮੁੜ ਆਇਆ, ਜੋ ਜਿਸ ਤਰ੍ਹਾਂ ਦਾ ਨੈਰੇਟਿਵ ਬਣਿਆ ਉਹ ਪੰਥਕ ਵੋਟ ਤੇ ਖੜੇ ਹੋ ਗਿਆ। ਕਿਸਾਨੀ ਤੇ ਉਹਨਾਂ ਦਾ ਦਾਰੋਮਦਾਰ ਉਹਨਾਂ ਨਹੀਂ ਰਿਹਾ, ਕਿਉਂਕਿ ਸੰਯੁਕਤ ਸਮਾਜ ਮੋਰਚਾ ਵਿੱਚ ਹੈਗਾ ਅਜੇ। ਆਮ ਆਦਮੀ ਪਾਰਟੀ ਦਿੱਲੀ ਮਾਡਲ ਤੇ ਔਰ ਭਗਵੰਤ ਮਾਨ ਦੇ ਚਿਹਰੇ ਤੇ ਆ, ਤੇ BJP ਨੇ ਉਹ ਵੋਟਾਂ ਜਿਹੜੀਆਂ ਵੋਟਾਂ ਉਹ ਸਮਝਦੇ ਆ ਕਿ ਇਕੱਠੀਆਂ ਪੈ ਸਕਦੀਆਂ, ਉਹਨਾਂ ਧਰੁਵੀਕਰਨ ਦਾ, ਹਿੰਦੂ ਵੋਟ ਹੋਵੇ ਸ਼ਹਿਰੀ ਜਾਂ ਹੁਣ ਜਿਹੜੀ ਆ ਨਵੀਂ ਅੱਜ ਡਿਵੈਲਪਮੈਂਟ ਹੋਈ ਆ, ਇਹਨਾਂ ਸਾਰਿਆਂ ਨੇ ਆਪਣਾ ਜਦੋਂ ਪੈਂਤੜਾ ਸਪਸ਼ਟ ਕਰਤਾ ਹੈ ਤਾਂ ਆਮ ਬੰਦਾ ਇਹਨਾਂ ਦੇ ਸਾਰੇ ਪੈਂਤੜਿਆਂ ਨੂੰ ਲਵੇ ਕਿਵੇਂ, ਇਹਨਾਂ 'ਚੋਂ ਬਿਹਤਰ ਕੌਣ ਆ, ਕਿਹਦੇ ਨਾਲ ਉਹਦੀ ਬੰਦ ਖਲਾਸੀ ਹੁੰਦੀ ਆ। ਜਿਹੜੀਆਂ ਸਮੱਸਿਆਵਾਂ ਤੁਸੀਂ ਦੱਸ ਰਹੇ ਹੋ ਇਹਨਾਂ ਨੂੰ ਐਡਰੈਸ ਕਰਨ ਲਈ ਇਹਨਾਂ 4-5 ਦੇ ਵਿੱਚ ਕੋਈ ਦਮ ਦਿਸਦਾ ਹੈ? ਜੇ ਨਹੀਂ ਦਿਸਦਾ ਤਾਂ ਫਿਰ ਉਹ ਕਿੱਧਰ ਜਾਣ? ਕਿਉਂਕਿ ਅਸੀਂ ਹਰ ਵਾਰੀ ਕਹਿੰਦੇ ਹਾਂ ਕਿ ਤੁਸੀਂ ਵੋਟ ਪਾਉਣ ਵੇਲੇ ਭੁੱਲ ਜਾਂਦੇ ਹੋ, ਉੱਥੇ ਲਾਪਰਵਾਹੀ ਕਰਦੇ ਹੋ, ਹੁਣ ਮੌਕਾ ਹੈ। ਜੇ ਉਹ ਸਾਡੇ ਕੋਲੋਂ ਤੁਹਾਡੇ ਕੋਲੋਂ ਇਹ ਗੱਲ ਸਮਝਣਾ ਚਾਹੁਣ, ਹਾਂ ਤੁਸੀਂ ਇਹ ਕਹਿ ਦਿਓਗੇ ਕਿ ਉਹ ਸਾਡੇ ਨਾਲ ਬਹੁਤ ਸਿਆਣੇ ਨੇ, ਉਹ ਸਾਡੇ ਨਾਲ ਬਹੁਤ ਸਿਆਣੇ, ਅਸੀਂ ਕੌਣ ਹੁੰਦੇ ਆ ਸਮਝਾਉਣ ਵਾਲੇ, ਉਹਨਾਂ ਨੂੰ ਪਤਾ ਉਹਨਾਂ ਕੀ ਕਰਨਾ, ਪਰ ਇੰਝ ਨਹੀਂ ਗਾ।
ਜੇ ਕੋਈ ਬੰਦਾ ਇਹ ਸਮਝਣਾ ਚਾਹਵੇ ਕਿ ਉਹ ਕੀ ਕਰੇ ਤਾਂ ਕਿ ਇਹ ਸਰਜ਼ਮੀ ਇਹ ਧਰਤੀ ਇਹ ਖਿੱਤਾ ਚੰਗੇ ਭਲੇ ਤਰੀਕੇ ਨਾਲ ਅੱਗੇ ਵਧੇ ਤਾਂ ਫਿਰ ਉਹ ਕੀ ਕਰਨ ਇਹ ਦੱਸੋ ਮੈਨੂੰ ਦੋਨੇ ਵਾਰੀ ਵਾਰੀ ਮੈਂ ਪ੍ਰੋਫੈਸਰ ਬਲਕਾਰ ਸਿੰਘ ਜੀ ਤੋਂ ਹੀ ਆਉਣਾ ਸੇਖੋ ਸਾਹਿਬ ਨਾਲ ਅਸੀਂ ਇਹੀ ਸਵਾਲ ਅੱਗੇ ਲੈ ਕੇ ਜਾਵਾਂਗੇ ਜੀ ਮੈਂ ਨਾ ਰੰਧਾਵਾ ਸਾਹਿਬ ਤੁਸੀਂ ਬਹੁਤ ਅੱਛਾ ਕੀਤਾ ਆਉਣਾ ਤੇ ਇੱਥੇ ਹੀ ਸੀਗਾ ਉਹ ਭੂਮਿਕਾ ਜਿਹੜੀ ਥੱਲੇ ਵੱਜ ਰਹੀ ਸੀ ਨਾ ਵੀ ਜਿਹੜਾ ਨਿਮਨ ਚੇਤਨ ਹੈ ਪੰਜਾਬ ਦਾ ਉਹਦੇ ਵਿੱਚ ਕੀ ਹੈ ਤੇ ਉਹਦੇ ਚ ਅਪਹਰਨ ਦੀ ਸਿਆਸੀ ਅਪਹਰਨ ਦੀ ਰਾਜਨੀਤੀ ਕਿਵੇਂ ਵਿੱਚ ਆਉਣ ਵਾਲੀ ਹੁਣ ਸਿਆਸੀ ਅਪਹਰਨ ਦਾ ਲੈਵਲ ਇਹ ਹੈ ਕਿ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਮੇਰੇ ਹੁਣੇ ਅੱਜ ਗੱਲ ਹੋਈ ਸੀ ਕਿਸੇ ਦੀ ਅੰਮ੍ਰਿਤਸਰੋਂ ਮੇਰੇ ਨਾਨਕੇ ਨੇ ਉੱਥੇ ਤੇ ਮੈਂ ਕਿਹਾ ਵੀ ਤੁਹਾਡੇ ਇਲਾਕੇ 'ਚ ਕੀ ਹਾਲ ਹੈ ਉਹ ਕਹਿੰਦਾ ਜੀ ਹੁਣ ਹਰੇਕ ਆਪ ਵੱਲ ਨੂੰ ਭੱਜਿਆ ਜਾਂਦਾ ਹੈ ਤੇ ਮੈਂ ਕਿਹਾ ਕਿਉਂ ਤੁਸੀਂ ਕਹਿੰਦੇ ਅਸੀਂ ਤਾਂ ਆਪ ਹੈਰਾਨ ਆ ਵੀ ਹੋਈ ਕੀ ਜਾਂਦਾ ਇਹ ਹੁਣ ਸਵਾਲ ਇਹ ਹੈ ਕਿ ਭੱਜਿਆ ਜਾ ਰਿਹਾ ਬੰਦਾ ਇੱਕ ਪਾਸੇ ਹੋਈ ਕੀ ਜਾ ਰਿਹਾ ਇਹਦੇ ਵਿੱਚ ਇਹ ਹੈ ਕਿ ਅਸੀਂ ਜਿਹੜੀ ਦੇਖੋ ਅਸਲ ਵਿੱਚ ਹੁੰਦਾ ਇਹ ਹੈ ਕਿ ਤੁਸੀਂ ਕਿਸੇ ਚੀਜ਼ ਦਾ ਰੋਲ ਕਿਵੇਂ ਕਰਦੇ ਹੋ ਮੈਂ ਇੱਕ ਹੋਰ ਐਗਜ਼ਾਮਪਲ ਦੇਣਾ ਚਾਹੁੰਦਾ ਤੁਹਾਨੂੰ ਉਹ 'ਚ ਨਤੀਜੇ ਕੱਢਣੇ ਨੇ ਨਤੀਜੇ ਹੀ ਕੱਢ ਰਿਹਾ ਕਿ ਭਗਵੰਤ ਮਾਨ ਆਪਣੀ ਕੰਸਟੀਚੁਐਂਸੀ 'ਚ ਮਤਲਬ ਭਾਸ਼ਣ ਦੇ ਰਿਹਾ ਉਹਦੇ 'ਚ ਉਹ ਮਤਲਬ ਅਸੀਂ ਜਦੋਂ ਕਾਲਜ 'ਚ ਪੜ੍ਹਦੇ ਸੀ ਨਾ ਤੇ ਉਦੋਂ ਅਸੀਂ ਡਿਬੇਟ ਵਿੱਚ ਵਾਸਤੇ ਧਰਤੀ ਦੀਆਂ ਧੂੜਾਂ ਤੋਂ ਲੈ ਕੇ ਸਮਾਨਾਂ ਦੀ ਨਲੱਤਣ ਤੱਕ ਇਹ 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 ਫਿਕਰਾ ਪੱਕਾ ਵਰਤਦੇ ਸੀ ਉਹਦਾ ਮਹਿਣਾ ਕੋਈ ਵੀ ਨਹੀਂ ਸੀ ਹੁੰਦਾ ਤੇ ਉਹ ਉੱਥੇ ਸਪੀਚ ਮੈਂ ਤੁਹਾਨੂੰ ਦੱਸ ਇਹ ਨਹੀਂ ਕਹਿ ਦਿੰਦਾ ਕਿ ਹਾਲਾਂਕਿ ਭਗਵੰਤ ਮਾਨ ਦੀ ਸਪੀਚ ਜਿਹੜੀ ਹੈ ਰਿਪੀਟ ਕਰਦੇ ਨਾ ਉਹਨਾਂ ਨੇ ਪਾਈ ਹੋਈ ਹੈ ਸਾਰੀ ਉਹਦੇ 'ਤੇ ਵੀ ਉਹ ਪਾਰਲੀਮੈਂਟ ਤੋਂ ਸ਼ੁਰੂ ਕਰਦਾ ਹੈ ਵੀ ਮੈਂ ਇਹਨਾਂ ਨੂੰ ਕਿਹਾ ਸੀ ਇਹਨਾਂ ਨੂੰ ਸਾਰਿਆਂ ਨੂੰ ਸੁਖਬੀਰ ਹੋਣਾ ਵੀ ਤੁਹਾਨੂੰ ਹੈਲੀਕਾਪਟਰ ਤੋਂ ਲਾਹ ਦੇਣਾ ਉਹ ਕਹਿੰਦਾ ਕਿਵੇਂ ਲਾਏਗਾ ਕਹਿੰਦਾ ਚਾਬੀ ਜਿਹੜੀ ਜਨਤਾ ਕੋਲ ਜਨਤਾ ਦੇ ਰਾਹੀਂ ਲਾਊਗਾ ਉਹ ਲਾਹ ਤੇਰੇ ਹਰ ਸਿਮਰਤ ਨਰਮਾ ਚੁੱਕਦੀ ਫਿਰਦੀ ਹੈ ਇੱਕ ਫਿਕਰਾ ਦੂਜਾ ਇਹ ਹੈ ਕਿ ਆਹ ਜਿਹੜਾ ਗੋਲਡੀ ਹੈ ਇਹ ਕਿਤੇ ਨੰਗੇ ਪੈਰੀ ਤੁਰਿਆ ਫਿਰਦਾ ਮੈਂ ਉਹਨੂੰ ਕਹਾਂਗਾ ਵੀ ਠੰਡ ਬਹੁਤ ਨਮੂਨੀਆ ਨਾ ਕਰਾ ਲਈ ਤੁਸੀਂ ਮੈਨੂੰ ਦੱਸਿਆ ਕਿ ਏਜੰਡਾ ਕਿੱਥੇ ਹੈ ਇੱਥੇ ਸਿਆਸਤ ਕਿੱਥੇ ਹੈ ਇਹਦੇ 'ਚ ਇੱਕ ਐਂਟਰਟੇਨਮੈਂਟ ਦਾ ਫਿਕਰਾ ਹੈ ਐਂਟਰਟੇਨਿੰਗ ਜਿਹੜੀ ਸਿਆਸਤ ਹੈ ਉਹਦੇ ਉਹਨੇ ਮਤਲਬ ਸਾਰਾ ਜਿਹੜਾ ਸੋਸ਼ਲ ਮੀਡੀਆ ਹੈ ਉਹਨੂੰ ਆਪਣਾ ਆਧਾਰ ਬਣਾ ਲਿਆ ਹੈ ਹੁਣ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਪਬਲਿਕ ਹੈ ਉਹ ਸੋਸ਼ਲ ਮੀਡੀਆ ਤੋਂ ਭੱਜ ਨਹੀਂ ਸਕਦੀ ਸੋਸ਼ਲ ਮੀਡੀਆ 'ਚ ਪਾਰਟੀਸਪੇਟ ਵੀ ਕਰ ਰਹੀ ਹੈ ਪਰ ਉਹ ਵੇਖੇ ਤਾਂ ਸਹੀ ਵੀ ਜਿਹੜਾ ਭਗਵੰਤ ਮਾਨ ਨੇ ਮਤਲਬ ਇੱਕ ਮਤਲਬ ਹੋਰ ਵੀ ਮੈਂ ਤੁਹਾਨੂੰ ਕਹਿਣਾ ਵੀ ਜਦੋਂ ਇੱਕ ਲੈਵਲ ਸੈੱਟ ਹੋ ਜਾਏ ਨਾ ਉਹਦੇ ਤੋਂ ਤਾਂ ਉੱਠਣਾ ਹੀ ਔਖਾ ਹੋ ਜਾਂਦਾ ਕਿ ਉਹ ਲੈਵਲ ਜਿਹੜਾ ਲੈਵਲ ਹੁਣ ਇਹ ਬਣ ਗਿਆ ਕਿ ਲੈਵਲ ਇਸ ਵੇਲੇ ਸੋਸ਼ਲ ਮੀਡੀਆ 'ਤੇ ਆ ਗਿਆ ਕਿ ਜੋ ਜਿਹੜੇ ਮੂੰਹ 'ਚ ਆਉਂਦਾ ਬੋਲੀ ਜਾਂਦਾ ਤਾਂ ਮਤਲਬ ਬੋਲਣਾ ਹੀ ਚਾਹੀਦਾ ਉਹ ਜਵਾਬ ਨਾ ਐਕਸਪੈਕਟ ਕਰ ਰਿਹਾ ਤਾਂ ਲੈ ਜਵਾਬ ਉਡੀਕਦਾ ਉਹ ਨਤੀਜਾ ਜੰਪ ਕਰ ਦਿੰਦਾ ਇਸ ਵੇਲੇ ਮੈਂ ਇਹ ਕਹਿੰਦਾ ਕਿ ਪੰਜਾਬ ਦੀ ਜਿਹੜੀ ਚੋਣ ਲੜ ਰਹੇ ਨੇ ਲੋਕ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ ਵੀ ਉਹਨਾਂ ਦੇ ਬਾਰੇ 'ਚ ਕੀ ਹੋਣ ਵਾਲਾ ਹੈ ਅਤੇ ਜਿਹੜੇ ਜਿਹਨਾਂ ਨੇ ਫੈਲਾ ਕਰਨਾ ਹੈ ਉਹ ਦੋ ਧਿਰਾਂ ਨੇ ਇੱਕ ਨਹੀਂ ਹੈ ਪਬਲਿਕ ਮਾਇੰਡ ਜਿਹੜਾ ਮੇਰੇ ਮੁਤਾਬਕ ਮੈਂ ਜਦੋਂ ਮੁੱਢ 'ਚ ਕਹਿਣਾ ਚਾਹੁੰਦਾ ਸੀ ਇਹ ਗੱਲ ਕਿ ਪੰਜਾਬ ਨੇ ਜਦੋਂ ਮਤਲਬ ਸੈੱਟ ਕਰਨਾ ਹੈ ਮਾਡਲ ਬਣਨਾ ਹੈ ਪੰਜਾਬ ਭਾਰਤ ਦੀ ਰਾਜਨੀਤੀ ਵਾਸਤੇ ਮਾਡਲ ਬਣਨਾ ਹੈ ਕਿਉਂਕਿ ਉਹਦੇ ਲਹੂ ਵਿੱਚ ਮਤਲਬ ਕੁਝ ਐਸਾ ਚੱਲ ਰਿਹਾ ਹੈ ਜਿਹੜਾ ਬਦਲਾਵ ਵੀ ਜਿਹੜਾ ਇਸ ਢੰਗ ਨਾਲ ਲਿਆਉਂਦਾ ਹੈ ਕਿ ਉਹਦੇ ਵਿੱਚ ਰੰਗ ਭਰ ਜਾਂਦਾ ਹੈ ਮਤਲਬ ਹੁਣ ਉਹ ਇਹ ਹੈ ਕਿ ਇਸ ਵੇਲੇ ਪੰਜਾਬ ਨੇ ਇਹ ਫੈਸਲਾ ਕਰਨਾ ਹੈ ਕਿ ਅਸੀਂ ਪੋਲੀਟੀਸ਼ੀਅਨ ਜਿਹੜਾ ਹੈ ਉਹਨੂੰ ਐਜ ਪੋਲੀਟੀਸ਼ੀਅਨ ਰਿਜੈਕਟ ਕਰ ਰਹੇ ਹਾਂ ਇਸ ਕਰਕੇ ਕਿਸੇ ਨੂੰ ਮੈਜੋਰਿਟੀ ਨਹੀਂ ਆ ਰਹੀ ਜਿਹੜੇ ਸਾਰੇ ਆ ਗਏ ਨਾ ਐਗਜ਼ਿਟ ਪੋਲ ਆ ਰਹੇ ਨੇ ਉਹਦੇ 'ਚ ਪੰਜਾਬ ਵਿੱਚ ਮਤਲਬ 42 ਆਪ ਨੂੰ 40 ਕਾਂਗਰਸ ਨੂੰ ਅਤੇ ਬਾਕੀ ਥੱਲੇ ਥੱਲੇ ਦੂਜੇ ਨੂੰ ਦਿੱਤੀਆਂ ਹੋਈਆਂ ਨੇ ਚਲੋ ਮੰਨ ਲਓ ਜੇ ਮੈਜੋਰਿਟੀ ਨਹੀਂ ਆਉਂਦੀ ਉਸ ਹਾਲਤ ਦੀ ਗੱਲ ਕਰਦਾ ਚਲੋ ਆ ਜਾਏ ਪਾਰਟੀਸਪੇਸ਼ਨ ਹੋ ਰਹੀ ਹੈ ਪੋਲੀਟੀਸ਼ੀਅਨ ਜਿਹੜਾ ਜਾ ਰਿਹਾ ਹੈ ਉੱਥੇ ਵੋਟ ਮੰਗਣ ਜਾ ਰਿਹਾ ਉਹ ਬਹੁਤ ਕਸੂਤਾ ਫਸਿਆ ਹੋਇਆ ਲੱਗਦਾ ਹੈ ਕੁੜਕੀ ਜਾਇਆ ਹੋਇਆ ਲੱਗਦਾ ਹੈ ਉਹਨੂੰ ਸਵਾਲ ਹੋ ਰਹੇ ਨੇ ਉਹਨੂੰ ਜਵਾਬ ਨਹੀਂ ਦੇਣੇ ਆ ਰਹੇ ਮੈਨੂੰ ਮਤਲਬ ਮੈਂ ਉਹ ਲੰਬਾ ਨਹੀਂ ਕਰਨਾ ਚਾਹੁੰਦਾ ਵੀ ਸਵਾਲ ਕਿਹੋ ਜਿਹੇ ਹੁੰਦੇ ਨੇ ਅਤੇ ਜਵਾਬ ਕਿਹੋ ਜਿਹੇ ਆ ਰਹੇ ਨੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਤੁਸੀਂ ਗੱਲ ਕਹਿ ਲਿਓ ਮੈਂ ਪ੍ਰੋਫੈਸਰ ਸਾਹਿਬ ਤੱਕ ਇਹ ਗੱਲ ਇਹ ਇੱਥੋਂ ਵੀ ਉੱਥੋਂ ਸ਼ੁਰੂ ਕਰ ਲੈਣਗੇ ਕਿ ਇਸ ਵੇਲੇ ਪੰਜਾਬ ਫੈਸਲਾ ਕੋਲ ਸਥਿਤੀ ਵਿੱਚ ਹੈ ਅਤੇ ਫੈਸਲਾ ਕਰਨ ਦੇ ਵਾਸਤੇ ਮਨ ਬਣਾਈ ਬੈਠਾ ਹੈ ਇਹਦਾ ਜੇ ਮੈਨੂੰ ਨਹੀਂ ਪਤਾ ਮੀਡੀਆ ਨੂੰ ਨਹੀਂ ਪਤਾ ਸਿਆਸਤਦਾਨ ਨੂੰ ਜੇ ਨਹੀਂ ਪਤਾ ਜਾਂ ਬੰਦੇ ਨੂੰ ਜਿਹੜਾ ਫੈਸਲਾ ਕਰੀ ਬੈਠਾ ਉਹਨੂੰ ਆਪ ਹੀ ਨਹੀਂ ਪਤਾ ਤੇ ਇਹ ਸਿਚੁਏਸ਼ਨ ਹੈ ਵੇਅਰ ਵੀ ਆਰ ਬਿਲਕੁਲ ਠੀਕ ਹੈ ਬਿਲਕੁਲ 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 ਠੀਕ ਹੈ ਪ੍ਰੋਫੈਸਰ ਲੱਗ ਰਿਹਾ ਪਰ ਮੈਂ ਇਹ ਮਤਲਬ ਸੋਚ ਮੰਨਦਾ ਕਿ ਕੋਈ ਫੈਸਲਾ ਹੋ ਜਾਏ ਉਹ ਫੈਸਲੇ ਦੀ ਪੋਜ਼ਿਟਿਵ ਐਸਪੈਕਟ ਇਹ ਹੈ ਕਿ ਹੁਣ ਲੋਕ ਆਪਣਾ ਆਕਾ ਨਹੀਂ ਚੁਣ ਰਹੇ ਮਾਲਕ ਨਹੀਂ ਚੁਣ ਰਹੇ ਰਾਜਾ ਨਹੀਂ ਚੁਣ ਰਹੇ ਉਹ ਜਵਾਬਦੇਹ ਚੁਣ ਰਹੇ ਨੇ ਤੇ ਜਿਹੜਾ ਜਵਾਬਦੇਹ ਨਹੀਂ ਚੁਣੇਗਾ ਉਹਨੂੰ ਜਵਾਬਦੇਹ ਹੋਣਾ ਪਏਗਾ ਮੈਂ ਮੈਂ ਪ੍ਰੋਫੈਸਰ ਸਾਹਿਬ ਮੈਂ ਮੁੜਦਾ ਤੁਹਾਡੇ ਵੱਲ
ਪ੍ਰੋਫੈਸਰ ਜਗਰੂਪ ਸਿੰਘ ਥੋੜੇ ਜਿਹੇ ਉੱਪਰ ਨੂੰ ਆਓ ਜ਼ਰਾ, ਥੋੜੇ ਜਿਹੇ ਥੋੜਾ ਜਿਹਾ ਨਾ ਆਪਣਾ ਚਿਹਰਾ, ਹਾਂ ਬਿਲਕੁਲ ਇੱਥੇ ਕਿ ਜੇ ਨਾ ਪ੍ਰੋਫੈਸਰ, ਹਾਂ ਪ੍ਰੋਫੈਸਰ ਇੱਕ ਇੱਥੇ ਕਿ ਜੇ ਪੱਧਰ ਤੇ ਵਿਚਰਦੇ ਬੜੇ ਪਿਆਰੇ ਲੱਗਦੇ ਆ। ਔਰ ਮੈਂ ਪ੍ਰੋਫੈਸਰ ਸਾਹਿਬ ਬੇਨਤੀ ਕਰੂੰਗਾ ਕਿ ਪੰਜਾਬ ਦੀ ਰਵਾਇਤ ਰਹੀ ਹੈ ਕਿ ਉਹ ਇੱਕ ਨੂੰ ਰੱਦ ਕਰਕੇ ਦੂਜੇ ਨੂੰ ਚੁਣਦਾ ਰਿਹਾ, ਕਦੇ ਵੀ ਇੱਕ ਧਿਰ ਨਹੀਂ ਜਿੱਤਦੀ ਰਹੀ, ਰਾਦਰ ਦੂਜੀ ਜਿਹੜੀ ਆ ਉਹਨੂੰ ਰੱਦ ਕੀਤਾ ਜਾਂਦਾ ਰਿਹਾ। ਜੇ ਕਾਂਗਰਸ ਨੂੰ ਰੱਦ ਕੀਤਾ ਜਾਂਦਾ ਰਿਹਾ ਤੇ ਕੁਦਰਤੀ ਚੋਣ ਲਏ ਜਾਂਦੇ ਰਹੇ ਅਕਾਲੀ ਗੱਠਜੋੜ। ਇਸ ਵੇਲੇ ਜਿਹੜੀ ਸਥਿਤੀ ਆ ਇਹ ਥੋੜੀ ਡਿਫਰੈਂਟ ਆ। ਔਰ ਮੈਂ ਇਹੀ ਪੁੱਛ ਰਿਹਾ ਕਿ ਜਿਹੜਾ ਲਾਸਟ ਜਿਹੜਾ ਡਿਜ਼ਾਈਨ ਬਾਕਸ ਦਾ ਸਰਵੇ ਆ ਜਿਹਦੇ ਤੇ ਤੁਸੀਂ ਟਿੱਪਣੀ ਅਖਬਾਰਾਂ 'ਚ ਦਿੱਤੀ ਆ ਆਪਣੀ, ਉਹ ਇਹ ਕਹਿ ਰਿਹਾ ਔਰ ਉਹਦੀ ਜਿਹੜੀ ਜਿਹੜੀ ਉਹਦੀ ਉਹਦੀਆਂ ਫਾਈਂਡਿੰਗਸ ਨੇ ਜਾਂ ਉਹਦੀ ਜਿਹੜੀ ਰਿਸਰਚ ਹੈ ਜਾਂ ਜਿਹੜੀ ਉਹਨੇ ਉਹਦਾ ਉਹਦਾ ਜਿਹੜਾ ਘੇਰਾ ਰਿਹਾ ਵਾ, ਉਹ ਇਹ ਜਿਹੜੀਆਂ ਅਨਾਊਂਸਮੈਂਟਸ ਇਹਨਾਂ ਤੋਂ ਪਹਿਲਾਂ ਦਾ ਹੈ। ਨਵਜੋਤ ਸਿੰਘ ਸਿੱਧੂ ਦੀ ਬਜਾਏ, ਚੇਂਜ ਦੀ ਬਜਾਏ ਉਹਨਾਂ ਨੇ ਰਵਾਇਤੀ ਚਿਹਰਾ ਚੁਣਿਆ ਚੰਨੀ ਦਾ। ਔਰ ਚੰਨੀ ਦੇ ਉੱਤੇ ED ਅਜੇ ਇੱਕ ਸਿਕੰਜਾ ਕੱਸ ਕੇ ਬੈਠੀ ਹੈ, ਮਤਲਬ ਉਹ ਵੀ ਦੁੱਧ ਧੋਤੇ ਨਹੀਂ ਗਏ। ਜੇ ਅਕਾਲੀ ਦੁੱਧ ਧੋਤੇ ਨਹੀਂ ਗਏ ਤਾਂ ਇਹ ਵੀ ਨਹੀਂ, ਜੇ ਦੋਵਾਂ ਤੇ ਦੋਸ਼ ਇੱਕੋ ਜਿਹੀ ਨੇ ਕਿ ਮਾਫੀਆ ਨੂੰ ਸਰਪ੍ਰਸਤੀ ਇਹਨਾਂ ਦੇ ਸਮਿਆਂ 'ਚ ਮਿਲੀ। ਸੋ ਪ੍ਰੋਫੈਸਰ ਸਾਹਿਬ ਮੈਨੂੰ ਇਹ ਜ਼ਰੂਰ ਦੱਸਿਓ ਕਿ ਜੇ 40-42 ਦੇ ਅੰਕੜੇ 'ਚ ਦੋਨੇ ਉੱਪਰਲੀਆਂ ਧਿਰਾਂ ਤੇ ਦੂਜੀ ਜਿਹੜੀ ਥੱਲੇ ਵਾਲੀ 25 ਦੇ ਆਸ ਪਾਸ 'ਚ ਫਸੀ ਹੈ, ਫਿਰ ਅੱਜ ਤੁਸੀਂ ਇੰਨੇ ਦਿਨ ਬੀਤਣ ਬਾਅਦ ਇਸ ਸਥਿਤੀ ਨੂੰ ਕਿੱਥੇ ਵੇਖਦੇ ਹੋ? ਵੋਟਰ ਕਿਹਨੂੰ ਰੱਦ ਕਰ ਰਿਹਾ? ਕੀ ਉਹ ਟ੍ਰੈਡੀਸ਼ਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਊਗਾ ਇਸ ਵਾਰੀ? ਹਾਲਾਂਕਿ ਜਿਹੜੇ ਚੇਂਜ ਲਈ ਕਹਿ ਰਿਹਾ ਉਹਨਾਂ ਕੋਲ ਚੇਂਜ ਲਈ ਕੋਈ ਏਜੰਡਾ ਨਹੀਂ ਔਰ ਕੋਈ ਰੋਡ ਮੈਪ ਨਹੀਂ। ਮੈਂ ਇਹ ਤੁਹਾਡੇ ਕੋਲੋਂ ਉਸ ਸੰਦਰਭ 'ਚ ਪੁੱਛਣਾ ਚਾਹੁੰਦਾ ਕਿ ਸੱਚਮੁੱਚ ਉਸੇ ਦਿਸ਼ਾ ਨੂੰ ਗੱਲ ਵੱਧਦੀ ਜਾਊਗੀ ਜਾਂ ਚੇਂਜ ਲਈ ਖੜੀ ਪਾਰਟੀ ਆਖਰੀ ਦਮ ਦੇ ਉੱਤੇ ਫਿਰ ਦਮ ਛੱਡ ਜਾਊ ਪਿਛਲੀ ਵਾਰ ਵਾਂਗ? ਕੀ ਕਹਿਣਾ? ਨਹੀਂ, ਮੈਂ ਦੋਨਾਂ ਵਾਰੀ ਉੱਥੇ ਜੀ ਵਾਲਿਆਂ ਨੇ ਮੈਨੂੰ ਬੁਲਾਇਆ ਸੀਗਾ, ਮੈਂ ਦਿੱਲੀ ਉਹਨਾਂ ਦੇ ਸਟੂਡੀਓ ਦੇ ਵਿੱਚ ਜਾ ਕੇ ਡਿਸਕਸ ਕੀਤਾ ਸੀਗਾ। ਪਹਿਲਾਂ ਜਿਹੜਾ 17-18 ਨੂੰ ਵੀ ਹੋਇਆ ਸੀ ਅਤੇ ਜਿਹੜਾ ਹੁਣ ਵੀ ਆਇਆ ਸੀਗਾ। ਜਿਹੜਾ ਹੁਣ ਆਇਆ ਸੀਗਾ, ਮੈਂ ਉਹਦਿਨ ਉਹਨਾਂ ਨੂੰ ਉੱਥੇ ਗੱਲ ਕੀਤੀ ਸੀ, ਆਫ ਦੀ ਰਿਕਾਰਡ ਹੋਈ ਸੀ ਵੀ ਭਾਈ ਜਿਹੜਾ ਤੁਸੀਂ ਇਹਨੂੰ ਹੋਰ ਬਰੋਡ ਕਰੋ, ਮੈਨੂੰ ਨਹੀਂ ਲੱਗਦਾ ਵੀ ਜਿਹੜਾ ਤੁਸੀਂ ਜੋ ਵਰਤਾਰਾ ਉੱਥੇ ਹੈਗਾ ਵਾ ਉਹ ਇੱਦਾਂ ਦਾ ਚੱਲ ਰਿਹਾ ਹੈ। ਇਹ ਗੱਲ ਬਿਲਕੁਲ ਠੀਕ ਆ ਕਿ ਲੋਕ ਇੱਕ ਤਾਂ ਆ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਹੈਗੀਆਂ ਇਹ ਉਹਨਾਂ ਦੇ ਮਨਾਂ ਦੇ ਉੱਤੋਂ ਬਿਲਕੁਲ ਕਾਫੀ ਹੱਦ ਤੱਕ ਉੱਤਰ ਗਈਆਂ, ਲੋਕਾਂ ਨੂੰ ਨਫ਼ਰਤ ਹੋ ਗਈ, ਅੰਦਰੋਂ ਨਫ਼ਰਤ ਹੋ ਗਈ ਆ। ਔਰ ਤਕੜੇ ਉਹਨਾਂ ਨੂੰ ਕਰਤਾ ਕਿਸਾਨ ਸੰਘਰਸ਼ ਨੇ, ਉਹਨਾਂ ਦੇ AK ਨੇ। ਅੱਗੇ ਜਿਹੜੀ ਉਹਨਾਂ ਕੋਲ ਬੋਲੀ ਨਹੀਂ ਸੀ ਹੁੰਦੀ, ਅੱਗੇ ਜਿਹੜਾ ਉਹਨਾਂ ਨੂੰ ਜਾਂ ਉਹਨਾਂ ਨੂੰ ਵੇਖ ਕੇ ਪਛਾਣ ਹਟ ਜਾਂਦੇ ਸੀਗੇ ਜਾਂ ਖਲੋ ਜਾਂਦੇ ਸੀ, ਹੁਣ ਉਹ ਨਹੀਂ ਰਿਹਾ, ਹੁਣ ਉਹ ਥੋੜ੍ਹੇ ਸਵਾਲ ਕਰਨ ਡੇ ਪਏ। ਇਸੇ ਕਰਕੇ ਇਹਨਾਂ ਰਵਾਇਤੀ ਪਾਰਟੀਆਂ ਦੇ ਬਹੁਤੇ ਬੰਦਿਆਂ ਦਾ ਪਿੰਡਾਂ ਪੁੰਡਾਂ 'ਚ ਜਾਣਾ ਕਾਫੀ ਮੁਸ਼ਕਲ ਹੋਇਆ ਵਾ, ਔਖਾ ਹੋਇਆ। ਸਵਾਲ ਪੁੱਛਦੇ ਲੋਕ, ਹਰ ਕੋਈ ਸਵਾਲ ਪੁੱਛ ਲੈਂਦਾ ਵੀ ਹਾਂ ਦੱਸ ਤੁਸੀਂ ਕੀ ਕੀਤਾ, ਇਹ ਸਾਰਾ ਸੀ। ਇਹ ਗੱਲ ਜ਼ਰੂਰ ਰਹਿੰਦੀ ਆ ਕਿ ਪੰਜਾਬ ਜਿੱਦਾਂ ਹੈਗਾ ਕਿ ਪੰਜਾਬ ਦੇ ਵਿੱਚ ਜਿੱਦਾਂ ਕੋਈ ਮਤਲਬ ਜਿਹੜੀ ਹੈਗੀ ਇਨਬਿਲਟ ਇੱਕ ਤਾਂਗ ਹੁੰਦੀ ਆ ਵੀ ਅਸੀਂ ਨਵੀਂ ਚੀਜ਼ ਤਜਰਬਾ ਕਰੀਏ। ਤਜਰਬਾ ਚਾਹੇ ਉਹ ਰਾਜਨੀਤੀ ਦੇ ਮਾਮਲੇ 'ਚ ਹੋਵੇ, ਚਾਹੇ ਉਹ ਆਰਥਿਕ ਜਿੱਦਾਂ ਗ੍ਰੀਨ ਰੈਵੋਲਿਊਸ਼ਨ ਦੀ ਗੱਲ ਕੀਤੀ ਆ ਜਾਂ ਸੋਸ਼ਲ ਜਿਹੜੇ ਰੈਵੋਲਿਊਸ਼ਨ ਆਏ ਆ, ਨਵੇਂ ਆਈਡੀਆਜ਼ ਲੈ ਕੇ ਆਏ, ਉਹ ਪੰਜਾਬ ਦੇ ਵਿੱਚ ਇਸ ਕਿਸਮ ਦੀ ਐਕਸੈਪਟੇਬਿਲਟੀ ਬਹੁਤ ਹੁੰਦੀ ਆ। ਔਰ ਪੰਜਾਬ ਦੇ ਲੋਕ ਲਗਾਤਾਰ ਇੱਕ ਇੰਟਰਵਲ ਤੋਂ ਬਾਅਦ ਇੱਦਾਂ ਦਾ ਤਜਰਬਾ ਕਰਦੇ ਰਹਿੰਦੇ। ਤੁਸੀਂ ਦੇਖਿਆ ਹੋਣਾ ਕਿ 92 ਦੇ ਵਿੱਚ ਜਦੋਂ ਇਲੈਕਸ਼ਨਾਂ ਹੋਈਆਂ ਸੀ, ਕਿੱਦਾਂ ਇੱਥੋਂ ਆਮ ਜਿਹੜੀ ਉਹ ਪਾਰਟੀ ਸੀ BSP ਸੀ ਉਹਨੂੰ ਹੁੰਗਾਰਾ ਮਿਲਿਆ ਅਤੇ ਲੱਗਦਾ ਸੀ ਵੀ ਇਹ ਸਾਰੇ ਦੇਸ਼ ਨੂੰ ਇੱਥੋਂ ਲੀਡ ਕਰੂਗੀ, ਪਰ ਤਜਰਬਾ ਜਾ ਕੇ ਮੁੜ ਕੇ ਉੱਥੇ UP ਦੇ ਵਿੱਚ ਕਾਮਯਾਬ ਹੋਇਆ। 14 ਦੇ ਵਿੱਚ ਇਹ ਨਵੀਂ ਪਾਰਟੀ ਆਈ ਸੀਗੀ, ਬੜੇ ਲੋਕਾਂ ਨੇ ਉਮੰਗ ਸੀਗੀ, ਬਹੁਤ ਲੋਕਾਂ ਨੇ ਖੁੱਲ੍ਹ ਕੇ ਅੱਗੇ ਆਣ ਕੇ ਇਹਨਾਂ ਨੂੰ ਬਹੁਤ ਵੱਡਾ ਜਿਹੜਾ ਸਾਥ ਦਿੱਤਾ, 25% ਵੋਟਾਂ ਮਿਲੀਆਂ ਜਿਹੜੀਆਂ ਅਕਾਲੀ ਦਲ 100 ਸਾਲ ਪੁਰਾਣੀਆਂ ਵੋਟਾਂ ਸੀਗੀਆਂ। ਜੇ ਮੋਟੇ ਤੌਰ 'ਤੇ ਵੇਖਾਂ ਤਾਂ ਮੈਂ ਇਮਾਨਦਾਰੀ ਨਾਲ ਗੱਲ ਕਰਨੀ ਚਾਹੁੰਦਾ, ਲੋਕਾਂ ਦੀ ਇਮੈਜੀਨੇਸ਼ਨ ਦੇ ਵਿੱਚ ਆਮ ਕਿਤੇ ਨਾ ਕਿਤੇ ਬੈਠੀ ਆ, ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਬੈਠੀ। ਉਹਦੇ ਕਾਰਨ ਇਹ ਹੋ ਸਕਦੇ ਆ, ਇੱਕ ਤਾਂ ਜਿਹੜਾ ਠੀਕ ਆ ਮਾਡਲ ਆਪਾਂ ਨੂੰ ਅਸੀਂ ਕਹਿ ਸਕਦੇ ਵੀ ਉਹ ਮਾਡਲ ਉਹ ਲਾਗੂ ਨਹੀਂ ਹੁੰਦਾ, ਅਸੀਂ ਵਾਰ ਵਾਰ ਕਹਿੰਦੇ ਹਾਂ ਕਿ ਇਹ ਸਟੇਟ ਦਾ ਮਾਡਲ ਲਾਗੂ ਨਹੀਂ ਹੁੰਦਾ। ਜੇ ਮਾਡਲ ਲਾਗੂ ਕਰਨਾ ਤਾਂ ਸਾਨੂੰ ਤਾਂ ਕੇਰਲਾ ਦਾ ਮਾਡਲ ਲਾਗੂ ਕਰ ਦਿਓ ਤੁਸੀਂ, ਸਾਰੇ ਦੇਸ਼ ਲਾਗੂ ਹੋ ਜੇ ਆਪੇ ਜਿਹੜਾ ਨਾ ਚੰਗੇ ਪਾਸੇ ਤੁਰ ਪਏ। ਦਿੱਲੀ ਦੀਆਂ ਸਥਿਤੀਆਂ ਹੋਰ ਆ, ਪੰਜਾਬ ਦੀਆਂ ਹੋਰ ਆ, ਪਰ ਲੋਕਾਂ ਨੂੰ ਇਹ ਗੱਲ ਲੱਗਦੀ ਹੈ ਵੀ ਨਵੇਂ ਲੋਕ ਹੋਣਗੇ ਕਿ ਜਿਹੜੇ ਪੁਰਾਣੇ ਆਪਣੇ ਆਪ ਨੂੰ ਕਹਿੰਦੇ ਮੈਂ ਖਾਨਦਾਨੀ ਆ, ਮੇਰੀਆਂ 3 ਪੀੜ੍ਹੀਆਂ ਵਾ, ਮੇਰੀਆਂ 5 ਪੀੜ੍ਹੀਆਂ ਵਾ, ਮੇਰਾ ਬਾਬਾ ਸੀ, ਮੇਰਾ ਪੜਦਾਦਾ ਸੀ। ਇਹ ਜਿਹੜੀ ਰਵਾਇਤ ਹੈਗੀ ਆ ਨਾ ਲੋਕਾਂ ਦੇ ਮਨਾਂ ਦੇ ਵਿੱਚ, ਜਾਂ ਡੈਮੋਕ੍ਰੇਸੀ ਤਾਂ ਵੈਸੇ ਚੰਗੀ ਨਹੀਂ ਹੈਗੀ, ਹੁਣ ਥੋੜ੍ਹਾ ਥੋੜ੍ਹਾ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਲੱਗਦਾ ਕਿ ਇਹ ਬੰਦੇ ਜਿਹੜੇ ਹੈਗੇ ਆ ਇਹ ਲਾਂਭੇ ਹੋਣੇ ਚਾਹੀਦੇ ਆ, ਨਵੇਂ ਬੰਦੇ ਆਉਣੇ ਚਾਹੀਦੇ ਆ। ਜੇ ਕਿ ਆਮ ਆਦਮੀ ਪਾਰਟੀ ਤੁਸੀਂ ਜਿਹੜਾ ਪੂਰਾ ਤਾਂ ਪ੍ਰੋਫਾਈਲ ਵੇਖੋਗੇ ਤੁਹਾਨੂੰ ਬਹੁਤ ਸਾਰੇ ਨਵੇਂ ਬੰਦੇ ਨਹੀਂ ਮਿਲਣਗੇ, ਉਹ ਵੀ ਇੱਧਰੋਂ ਉੱਧਰੋਂ ਫਿਰਿਆ ਤੁਰਿਆ ਇਸ ਪਾਸੇ ਵੱਲੋਂ ਆ ਰਹੇ ਆ, ਪਰ ਫਿਰ ਵੀ ਲੋਕਾਂ ਨੂੰ ਲੱਗਦਾ ਵੀ ਕੋਈ ਨਵੀਂ ਕੋਈ ਚੀਜ਼ ਨਵੇਂ ਲੋਕ ਆ ਜਾਣਗੇ। ਕਿਉਂਕਿ ਇੱਕ ਚੀਜ਼ ਉਹਨਾਂ ਨੂੰ ਅਪੀਲ ਕਰਦੀ ਆ ਜਿਹੜੀ ਜਿੱਦਾਂ ਦੀ ਵੀ ਹੈਗੀ, ਜਿੱਦਾਂ ਖਾਸ ਕਰਕੇ ਸਾਡੀ ਐਜੂਕੇਸ਼ਨ ਇਸ ਵੇਲੇ, ਮੈਂ ਰੰਧਾਵਾ ਸਾਹਿਬ ਚੰਗੀ ਗੱਲ ਵੀ ਹੈਗੀ ਸਾਡੀ ਸਰਕਾਰਾਂ ਦੇ ਲੈਵਲ 'ਤੇ ਫੇਲੇ ਰਹਾ, ਆਪਾਂ ਸਾਰੇ ਦੇਖਦੇ ਹਾਂ ਵੀ ਹਰ ਬੰਦਾ ਆਪਣੇ ਬੱਚੇ ਨੂੰ ਪੜ੍ਹਾਉਣਾ ਚਾਹੁੰਦਾ, ਔਰ ਸ਼ਾਇਦ ਹਰ ਸ਼ਹਿਰੀ ਨੂੰ ਅਹਿਸਾਸ ਹੋ ਗਿਆ ਵਾ ਕਿ ਬਿਨਾਂ ਵਿਦਿਆ ਤੋਂ ਮੇਰਾ
कोई भी जड़ा हैगा बचा नहीं हैगा, मेरा कोई भी जड़ा है ये तो भला नहीं हो सकता। पर दूसरे पास है कि जो सा विद्या का ढांचा हैगा वो समस्या है। आम आदमी पार्टी का जो ये इंप्रैशन जो है, क्योंकि प्रापोगंडा एक बहुत बड़ा साधन होंगे वा, जहाँ थोड़ी बहुत ही है भी आ गलों के, जो वो लगती है कि इन लोगों ने आ सुधार कर दिता, जे जिदा बिजली का वड्डा सवाल से आम तौर पर गिणा जाता है भी बिजली दे रहा जे, कुछ चीज़ा है जोड़ियाँ की इमेजिनेशन का हिस्सा बन दिया। पर समस्या उत्थे खड़ी होंगी आ कि जो एक इंडिविजुअल का मॉडल आ जाता अगे, जो कहते हैं कि पंजाब इस बार एक बंदे मौका दो, पंजाब के लोगों को मौका नहीं दो, पंजाब के लोग उस माइनस है वो पार्टी के लीडर जे भी माइनस है, सिर्फ एक बंदे तो अलावा तुम देखो पिछले 5 साल उन्होंने को एम एल ए रहे, किसी एम एल ए ने इंडिपेंडेंट जी हैगी कॉन्फ्रेंस नहीं की, कोई प्रेस कॉन्फ्रेंस नहीं की, बिल्कुल अटोनमी नहीं है, टोटल सेंट्रलाइज हैगा वा जहाँ माई वह वे आ जा होर कोई वे नहीं हैगा वो ये लोग सोचते हैं, लोग एक स्टैप अगे वधदे आ दो स्टैप अगे वधदे आ, फिर जो सोचने वाले लोग कहते हैं भी ये बंदे का जो खास करके किरदार वेंदे आ भी यदा जे वे पिछले समय के जो पंजाब के लोगों ने बहुत सपोर्ट की 370 वाली गल सी, 35A वाली गल सी, CAA वाली गल हैगी, जे पिछले खेती कानून ही बने आदा की उस समय के रिस्पोंस रहा, यह बंदे ने की उत्थे रोल प्ले किया खास करके इन्होंने मुद्दों वास्ते। मैं इस करके कह रहा कि पंजाब लंबे समय तो स्टेटा वध अधिकार जरा देने का मोढ़ी रहा वा, पंजाब ने हमेशा अटोनमी की गल की आ, पंजाब ने हमेशा जोड़ा है वा स्टेटा क्या भी ज़्यादा ताकत दी जानी चाहिए, पर जो ये 370 हटाई सी तो सब तो पहलों जरा इन्होंने जोड़ा हैगा केजरीवाल साहब ने उन्हें सपोर्ट की। मेरा कहने तो भाव है भावें कि यह गल बहुत थोड़े लोग सोचते हैं, सोचते जरूर है जेडे चेतनत लोग है, पर जनरली लोगों के जी जी हैगी क्योंकि ये लगता लोगों भी जो रवायती पार्टियां है इन्ह साडे मसले हल नहीं करने, जिदा विश्वास उठ खलोंदा ने तो दूसरी गल तुहाडी वोटां ते पाउणियां पए वो अपनी समझ के नाल, जे तुसीं उन्हां नूं प्रॉपर नहीं मिलेगा, जिदा हुण मान लो मैं गल बड़ी सीधी कहना चाहता भी यूपी च इस वेले दो ध्रुवी जिहड़ा हैगा मुकाबला होण डिया, एक पासे बीजेपी वाले हैगे एक पासे अकलेश ते दूसरा हैगा साडा अनफॉर्चुनेट पार्ट है कि असीं डैलमे दे विच, और दूसरी पासे है कि यह डैलमे नूं होर वधाया जा सकदा जिदा वधाया जा रहा, जिदा हुण कहिंदे चन्नी साहब दी जिहड़ी तुसीं सिलैक्शन कर दित्ती आ ये गल पक्की आ, सारे दलित एक पासे वोट नहीं पाते, सारे जट एक पासे वोट नहीं पाते, सारे हिंदू एक पासे वोट नहीं पाते, सारे डेरिया वाले जड़े बाबे हैगे आ सारे एक पासे नहीं वोट पाते, क्योंकि राम रहीम ने भी 2007 च वोटां पा के मुड़ के 2009 दे विच अकाली दल के कैंडीडेट नूं जिताया सी, लंबी कहानी उहदे विचों कि क्यों इस पासे वल मुड़े, तो कहन तो भाव हैगा पर जिहड़ियां फोर्सेस लगियां खास करके बीजेपी का एजेंडा की आ वो इस पासे लगी हुई आ, भावें कि रिस्पोंस उहनां नूं ना इस तरीके दे नाल मिले उहदे विचों। अनफॉर्चुनेट पार्ट हैगा कि जिहड़ी एक साडी रीजनल पार्टी सी, क्योंकि इस समय इस देश दे विच उत्थों दे लोकां नूं समर्पित रीजनल पार्टी का होना बहुत जरूरी आ, और मैनूं लगता कि अनफॉर्चुनेटली पंजाब दे विच जिहड़ी बहुत किसी समय दे विच लोक पक्षी रीजनल पार्टी सी, जदों वह वीक हुंदी आ उहदे नाल फिर इस किस्म का वातावरण वर्तारा जिहड़ा राजनीतिक वर्तारा जिहड़ा वह पैदा हुंदा, लोकां लई भी कन्फ्यूजन हुंदा वा ते जिहड़े लोकां जिहड़े अपने तरीके नाल वोटां लैणा चाहुंदे आ उहनां नूं इच एडवांटेज हुंदा। प्रोफेसर साहब जिहड़ी लास्ट गल हुई आ वो बड़ी मीनिंगफुल है कि इस खिते दी रूहदारी नाल सेवा करन वाली श्रोमणी अकाली दल और 100 साल तो 1 साल उपर अगे वधाई है उहदा इस मौके ते आ के आउड़ पौड़ करना, मतलब आप मुहारे मिलदे समर्थन तो जुगाड़बंदी तक पहुंचाना, इहनूं किवें एड्रेस करोगे, क्योंकि मेरी ना बैटरी जी डेड होने नो फिर दी, मेरी नहीं आ कैमरे दी। हाँ जी दसो। मैं छेती मुका देना, वैसे जगरूप सिंह ने ठीक किया है जी के जेरा पंजाब दी मतलब मां पार्टी है, ओरिजिनल पार्टी है, रीजनल पार्टी है वो है अकाली दल। इस वेले अकाली दल ने जो है बादल दल बन गया, अकाली दल ये लंबा हो गया होया, छोड़ो इस गल, अकाली दल नूं बादल दल बना दिता गया, अकाली दल वो रहा नहीं, इस करके कसूरवार इस वेले अकाली दल है जेड़ा उत्थे आप दा पैर तरावा रहा अकाली दल करके हो रहा है, क्योंकि कारण की है, कारण सिंपल है कि असल विच प्रोफेसर साहब सिंह सी मेरे टीचर ते वो ये गल कहिंदे हुंदे सी, असीं कहना जी तुसीं बड़े ईमानदार हो, जगरूप सिंह जी वो कहना, उन्होंने कहना आह हा मैं कहदा ईमानदार हाँ, मैनूं तां बेईमानी दा मौका ही नहीं मिलिया। जिन्ना बंदियां नूं मौका नहीं मिलिया वो अपने नूं ईमानदारी दा सर्टिफिकेट मत देन, जिस सिस्टम विच जत के एंटर करन जा रहे ने उत्थे नहीं बच सकदे, आईपीएस उन्हां दे हाथ विच नहीं है, आईएएस उन्हां दे हाथ विच नहीं है, ब्यूरोक्रेसी जिहड़ी है इंडिपेंडेंट क्लास है, पंजाब नूं तबाही वास्ते उन्हां नूं बहुत कुछ करना पै रहा है,
इस करके मैं ये कहना चाहना कि आप एक जिस किस्म का भरम फैला के अगे लंघ दी नजर आ रही है, ये पंजाब की बदकिस्मती है। तेरे वास्ते अकाली जुम्मेवार ने, कसूरवार ने, उन्होंने इस गल की सजा मिल रही है। प्रोफेसर साहब, शायद केजरीवाल को इस गल का अंदाजा है कि मैं एक नेशनल पार्टी को एलिमिनेट करके ही अगे बढ़ सकता। खेतरी पार्टियां मारना किसी भी नेशनल पार्टी के हाथ च होंदा नहीं, वो वक्ती तौर पर कमजोर तो होंदिया, फिर किसी ना किसी रंग स्वरूप च मुड़ आउंदियां ने। केजरीवाल का सीधा निशाना कांग्रेस है और दिल्ली के विच उन्हें यह तजर्बा करके खटिया है। पंजाब ओदा हुण दूजा एक जिदे विच मैं कहूंगा राहुल गांधी की कच घरड़ राजनीति ने, नवजोत सिंह सिद्धू जिहड़ा के इसे तरह की चेंज लई भावें उहदे कोल भी रोल मॉडल जां उहदे कोल भी कोई बहुत वड्डा रोड मैप नहीं सी, पर वो इस चेंज लई एक तरह नाल वो खड़ा सीगा। और जिहड़ी सिद्धी लोगों की एक आस हुण आम आदमी पार्टी बनती है, वो एक कोने ते खड़ा। पहला यह भी आस बंद सीगा जां लोगों की आस सी भी सिद्धू भी कुछ कर सकदा। सो राहुल गांधी ने वो एक सारे का सारा नैरेटिव बिल्ट करता कि जे तब्दीली लिए जाना तो आ तेरा, जे रवायत नाल जाना तो आ तेरा, क्योंकि रवायत नाल जुड़े बहुत सारे मसले एड्रेस अजे तक भी नहीं हुए। कैप्टन अमरिंदर नूं लाउण तो बाद उही रजीम रहा, उही तरह के पैंतड़े रहे। एक अद केस नूं जे आपां माझे नाल अकाली दल दे एक वड्डे लीडर वाले केस नूं छड्ड लईए, कोई भी मामला इदां एड्रेस नहीं होया, बाकी सारियां रातां ते रियायतां ही सीगियां। सो सब तो अहम सवाल प्रोफेसर जगरूप सिंह, तुसीं जांदे जांदे इत्थे टिप्पणी करदे हो, वैसे प्रोफेसर बलकार सिंह भी कुछ कहना चाहुंदे। मैं तो सिर्फ इन्ना ही कहना चाहना कि ये मैं तो बहुत सारी सहमति दे नाल। देखो केजरीवाल को इस वेले म्यूनसिपैलिटी है, वह स्टेट चाहता है, भावें उन्होंने गोवा मिल जाए भावें पंजाब मिल जाए, नैशनल चाहने वास्ते ये राह है। कांग्रेस पंजाब च हार जाए उहदे नाल खत्म नहीं हो जाती। कांग्रेस मुक्त भारत जे मोदी को बनया तो इन्हें की कर लेना है, और कांग्रेस मुक्त जरा है, और पंजाब जरा है सुखबीर भी बनाने फिरता है। इस करके केजरीवाल जरा है यदि कोई पॉलिटिक्स नहीं है, ये भीड़ की पॉलिटिक्स है, ये मतलब ये कुछ नहीं निकलना। पंजाब केजरीवाल किसी तरह भी सूट नहीं करता। मैं तो यही गल इस करके कहना ये मतलब आधार ने कभी कभी कला मामला होना चाहिए। रवीश ने NDTV से पूरा एक किया कि उतों के हेल्थ सिस्टम 200 डॉक्टर सड़कते हैं, 4 महीने तनखा नहीं मिली 3 महीनों तो, उन्होंने ये कहा गया कि तुम ज्वाइन करो 4 तक लिए तो मतलब अं बदल भर्ती कर लागे। मोहल्ला हेल्थ क्लब खोलना चाहते हैं की कर सकते हैं, पर हम मतलब ये है ना भी सच कोई सुन ही नहीं रहा। मैं बिल्कुल नहीं गुस्ताखी कर सकता रोकने वाली, पर प्रोफेसर जगरूप सिंह मैं मेरी 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 गल ले लो, एक गल ले लो बाद तुम जो मर्जी क्यों। मैनु इंज लगता है कि जेड़ा सूट नहीं करता, जेड़ा वारा नहीं खांदा, जे वो आ जाए तो फिर की कर लोगे। सवाल तो इस वेले का है कि जे प्रोफेसर साहब कहते भी पंजाब सूट नहीं करता कि जो इस वे चढ़ के आ रहा है, तो फिर तुहाडे कोल हुण इस वेले अपने जेडे अपने सो कॉल्ड सी जिन्हां ने पूरी लुट मचा के रखी उन्होंने केड़े खाते च पाओगे। जे अपने अपने ना होए तो किसी बगाने नूं परखण च हर्ज वी की हुंदा। लोग सवाल पुछदे आ सानूं ते डांग फड़ के वर पैंदे आ, कहिंदे तुसीं कहिंदे हो सिधांत दीआं गल्लां, जिहड़े सिधांतवादी सी उन्हां तुहानूं की देता, ते जिहड़ा सिधांतवादी नहीं उन्हूं भी परख लो। चलो होर चीज है। हाँ जी तुसीं गल की थी, बिल्कुल ठीक है, लोकां लई हुण जिद्दां ना सारे पासे ओह पिया है, चार तरेई होया पिया वा, मरदा की ना करदे वाली गल होणी आ। हाँ ये गल जरूर है कि जे इन्हें भी दिल्ली बाहर बनने की कोशिश की थी, ते इनू केजरीवाल नू जिहड़ा हैगा, पहली गल तां केजरीवाल ने सेंट्रलाइज नहीं करना, जो जित जाते हाइपोथेटिकली उत्थे मगर बंदे आण के बैठणगे, भगवंत मान हुणी अगले पासे चली जाणगे, उह पिछले पासे चलाउणगे। इहदा बिहेवियर दिल्ली दरबार वाला वा, इहदियां पावरां सारियां सेंट्रलाइज आ। इन्हें बहुत वधिया वधिया कुलीग जिहड़े सी शांति भूषण वर्गे, प्रशांत भूषण वर्गे, जोगिंदर यादव वर्गे, होर बंदे एडमिरल रामदास वर्गे जिहड़े उस समें च हुंदे सी, इहनां दे ओम्बडसमैन हुंदे सी, किस तरीके नाल कढ के बाहर मारिया। कोशिश ये भी करूंगा अगे 20 चो 10 गवा बैठा, खुदा ना खासता इहनूं मिल भी जांदी है, ते मैनूं नहीं लगता भी ये पंजाबियां दे नाल बहुत लम्मा समा चल सकूगा। पर गल ठीक आ कि फैसला लोगों ने करना, इस वेले लोगों की इमेजिनेशन दे विच
ਦਿਨ ਬ ਦਿਨ ਜਿਹੜਾ ਹੈਗਾ ਵਾ ਇਹਦੀ ਜਿਹੜੀ ਸਪੇਸ ਜਿਹੜੀ ਆ ਹੋਰ ਬਣੀ ਜਾਂਦੀ ਆ, ਤੇ ਸ਼ਾਇਦ ਉਹੀ ਗੱਲ ਉਹ ਸੋਚਦੇ ਵੀ ਚੱਲ ਅੱਗੇ ਇਹਨੂੰ ਉਹਨਾਂ ਨੂੰ ਝੱਲਿਆ ਵਾ ਇਹਨੂੰ ਵੇਖ ਲੈਂਦੇ ਆ। ਹੁਣ ਤਾਂ ਲੋਕਾਂ ਨੂੰ ਨਾ ਡੁੱਬਦੇ ਤੋਂ ਤਿਣਕੇ ਦਾ ਸਹਾਰਾ ਵਾਲੀ ਗੱਲ ਹੋਈ ਪਈ ਆ, ਪੋਲੀਟੀਕਲੀ ਹੋਪਲੈਸਨੈਸ ਹੋ ਗਈ ਆ। ਇੰਨੀ ਅਸੀਂ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ। ਫਿਰ ਗੱਲ ਕਹੂੰਗਾ, ਪੰਜਾਬ ਉਹ ਧਰਤੀ ਆ ਜਿੱਥੇ ਹੁਣ ਲੋਕੀ ਰਹਿਣਾ ਨਹੀਂ ਚਾਹੁੰਦੇ, ਲੋਕੀ ਇੱਥੋਂ ਜਾਣਾ ਚਾਹੁੰਦੇ ਆ, ਲੋਕੀ ਇਹਨੂੰ ਛੱਡਣਾ ਚਾਹੁੰਦੇ ਆ। ਇਹ ਬੇਸਿਕ ਕਾਰਨ ਹੈਗੇ ਆ, ਤੇ ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਇਹ ਥੋੜਾ ਬਹੁਤ ਆਣ ਕੇ ਕੋਈ ਨਾ ਕੋਈ ਦੂਹਰਿਆਂ ਨੇ ਤੇ ਕਹਿ ਕੇ ਕੁਛ ਨਹੀਂ ਕੀਤਾ, ਤੇ ਜੇ ਕਹਿੰਦਾ ਵਾ ਤਾਂ ਕੁਛ ਨਾ ਕੁਛ ਕਰੂਗਾ, ਤੇ ਇਹਨੂੰ ਵੀ ਜਮਾ ਕੇ ਦੇਖ ਲੈਂਦੇ ਆ। ਜੀ, ਮੇਰਾ ਖਿਆਲ ਗੱਲ ਹੁਣ ਖਤਮ ਕਰ ਹੀ ਲਈਏ। ਪ੍ਰੋਫੈਸਰ ਸਾਹਿਬ, ਇੱਕ ਲਾਈਨ ਚ ਕੁਝ ਕਹਿਣਾ ਕਹਿ ਦਿਓ, ਫਿਰ ਕਹੋਗੇ ਕਿ ਕਿਹਾ ਨਹੀਂ। ਨਹੀਂ ਨਹੀਂ ਮੈਂ ਤਾਂ ਕਹਿੰਦਾ ਤੁਸੀਂ ਇਹ ਕਦੇ ਟਾਪਿਕ ਇੰਡੀਪੈਂਡੈਂਟ ਇਹ ਰੱਖੋ ਕਿ ਕੇਜਰੀਵਾਲ ਆ ਗਿਆ ਹੈ ਤੇ ਕੀ ਕਰਨਾ ਹੈ। ਪੰਜਾਬ ਕੋਲ ਇਹਦੇ ਹੱਲ ਹੈਗੇ ਨੇ, ਜੇ ਆ ਗਿਆ ਉਦੋਂ ਵੀ ਕਰੇਗਾ, ਅੱਜ ਵੀ ਜਦੋਂ ਆ ਰਿਹਾ ਉਦੋਂ ਵੀ ਕਰ ਰਿਹਾ। ਪ੍ਰੋਫੈਸਰ ਸਾਹਿਬ, ਜੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ, ਕਿਉਂਕਿ ਬੜੌਦਾ ਚ ਨਾ ਸਰ, ਤੁਸੀਂ ਬੜੌਦਾ ਚ? ਨਹੀਂ, ਮੈਂ ਗੁਹਾਟੀ ਹਾਂ। ਗੁਹਾਟੀ, ਹਾਂ। ਪ੍ਰੋਫੈਸਰ ਸਾਹਿਬ ਨੇ ਗੁਹਾਟੀ ਚ, ਜੇ ਇਹ ਸਵੇਰੇ ਅਵੇਲੇਬਲ ਹੋਏ 9:30 ਇਹਨਾਂ ਦਾ ਕੋਈ ਸੈਮੀਨਾਰ ਜਾਂ ਕੋਈ ਇਸ ਤਰ੍ਹਾਂ ਦੇ? ਹਾਂ, ਤਿੰਨ ਦਿਨ ਫ੍ਰੀ ਨਹੀਂ ਹੈਗੇ। ਲੇਕਿਨ ਪ੍ਰੋਫੈਸਰ ਬਲਕਾਰ ਸਿੰਘ, ਆਪਾਂ ਇੱਕ ਪੈਨਲ ਦੇ ਨਾਲ ਇੱਥੇ ਗੱਲ ਕਰਾਂਗੇ ਕਿ ਕੇਜਰੀਵਾਲ ਕੋਲ ਪੰਜਾਬ ਦੀ ਬੰਦ ਖਲਾਸੀ ਲਈ ਕੋਈ ਰਾਹ ਬਣਦਾ ਹੈ? ਪੰਜਾਬ ਦੇ ਲੋਕੋ ਅੰਨੇ ਖੂਹ ਦੇ ਵਿੱਚ ਜਾਣ ਤੋਂ ਪਹਿਲਾਂ ਕੇਜਰੀਵਾਲ ਨੂੰ ਬੰਦ ਖਲਾਸੀ ਦਾ ਮਤਲਬ ਮੌਕਾ ਕਿਉਂ ਨਾ ਦਿੱਤਾ ਜਾਏ? ਬੰਦ ਖਲਾਸੀ ਦਾ ਮੌਕਾ ਕਿਉਂ ਨਾ ਦਿੱਤਾ? ਰਾਜ ਕਰਨ ਦਾ ਨਹੀਂ, ਇਹ ਕਹੋ। ਚਲੋ, ਇਹਦੇ ਤੇ ਆਪਾਂ ਗੱਲ ਕਰਾਂਗੇ। ਸੰਵਾਦ, ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ। ਇਹ ਇਮੈਜੀਨੇਸ਼ਨ ਦਾ ਹਿੱਸਾ ਸੀਗਾ 2014 ਦੇ ਵਿੱਚ ਸੀਗਾ, ਉਹ ਤੋਂ ਬਾਅਦ ਵੀ ਰਿਹਾ ਵਾ ਇਹ ਵੰਸ। ਇਹ ਸਮੱਸਿਆ ਹੈ ਕਿ ਜਦੋਂ ਵੀ ਤੁਸੀਂ, ਅਸੀਂ ਕਿਉਂਕਿ ਪੋਸਟ ਪੋਲ ਦੇ ਵਿੱਚ ਲੋਕਾਂ ਨੂੰ ਪੁੱਛਦੇ ਸੀਗੇ, ਲੋਕਾਂ ਦੀ ਇਹਦੇ ਨਾਲ ਸਿਮਥੀ ਹੈਗੀ ਆ, ਲੋਕਾਂ ਦੀ ਇਹਦੇ ਨਾਲ ਹਮਦਰਦੀ ਹੈਗੀ ਆ, ਲੋਕੀ ਇਹ ਸੋਚਦੇ ਆ ਕਿ ਇਹ ਬੰਦਾ ਕੋਈ ਚੀਜ਼ਾਂ ਕਰ ਸਕਦਾ ਜਿਹੜੀਆਂ ਚੀਜ਼ਾਂ ਸਾਡੇ, ਫਾਰ ਐਗਜ਼ਾਮਪਲ ਨਸ਼ਿਆਂ ਵਾਲੀ ਗੱਲ ਜਿਹੜੀ ਹੈਗੀ ਵੀ ਉਹ 'ਚ ਇਹਦਾ ਇੰਟਰਸਟ ਕੋਈ ਨਹੀਂ ਹੋਊਗਾ, ਕਰਪਸ਼ਨ ਵਾਲੀ 'ਚ ਕੋਈ ਇੰਟਰਸਟ ਨਹੀਂ ਹੋਊਗਾ, ਜਾਂ ਇਹਦੀਆਂ ਹੋਰ ਆ ਜਿਹੜਾ ਪਿੰਡਾਂ ਦੇ ਵਿੱਚ ਧੜੇਬੰਦੀ ਵਾਲਾ ਕੋਈ ਨਹੀਂ ਗਾ। ਲੋਕ ਆਪਣੇ ਤਰੀਕੇ ਦੇ ਨਾਲ ਸੋਚਦੇ ਆ ਵੀ ਇਹ ਜਿਹੜੇ ਮੁੱਦੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਰਹਿ ਕੇ ਧੜੇਬੰਦੀ ਵਾਲਾ, ਨਸ਼ਿਆਂ ਵਾਲਾ, ਜਿਹੜੀ ਕਰਪਸ਼ਨ ਵਾਲਾ ਹੁੰਦਾ ਕਿ ਨਹੀਂ ਹੁੰਦਾ, ਪਰ ਲੋਕਾਂ ਦੀ ਕਿਤੇ ਨਾ ਕਿਤੇ ਇਮੈਜੀਨੇਸ਼ਨ ਦੇ ਵਿੱਚ ਇਹ ਜਿਹੜੀ ਚੀਜ਼ ਹੈਗੀ ਆ ਵੀ ਇਹ ਬੰਦੇ 'ਚ ਕਪੈਸਿਟੀ ਹੈਗੀ ਆ, ਇਹ ਉਹਨਾਂ ਨੂੰ ਉਸ ਉਤੋਂ ਨਜਾਤ ਦਵਾ ਸਕਦਾ, ਤੋ ਇਸ ਕਰਕੇ ਥੋੜਾ ਬਹੁਤਾ ਇਹਦੀ ਜਿਹੜੀ ਜਿਹੜੀ ਉਹਨਾਂ ਦੇ ਮਨਾਂ ਦੇ ਵਿੱਚ ਉਹ ਜਿਹੜੀ ਜਗ੍ਹਾ ਬਣੀ ਰਹਿੰਦੀ ਆ। ਜੀ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ ਜੀ।